ਜਸਟਿਸ ਦੇਖ ਰਹੇ ਤੁਸੀਂ, ਮੈਂ KP ਸਿੰਘ ਤੁਹਾਡਾ ਸਵਾਗਤ ਕਰਦਾ। ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਕੁਝ ਪਲ ਬਾਕੀ ਹੈ ਅਤੇ ਇਹਨਾਂ ਬਾਕੀ ਪਲਾਂ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਨੇ ਖੂਬ ਜ਼ੋਰ ਲਗਾ ਦਿੱਤਾ ਅਤੇ ਇਸ ਜ਼ੋਰ ਦੇ ਨਾਲ ਵੱਡੇ ਵੱਡੇ ਵਾਅਦੇ ਦਾਅਵੇ ਵੀ ਕਰ ਦਿੱਤੇ ਆ ਕਿ ਸਾਡੀ ਸਰਕਾਰ ਬਣੇਗੀ, ਸਾਡੀ ਸਰਕਾਰ ਬਣੇਗੀ। ਪਰ ਸਰਕਾਰ ਕਹਿੰਦੀ ਬਣੇਗੀ ਉਹ ਦਿੱਲੀ ਦੀ ਜਨਤਾ ਨੇ ਫੈਸਲਾ ਕਰਨਾ। ਅਸੀਂ ਗੱਲ ਕਰਨੇ ਹਾਂ ਕਿ ਕਿਹੜੇ ਮੁੱਦਿਆਂ 'ਤੇ ਸਰਕਾਰ ਬਣੇਗੀ, ਕਿਹੜੇ ਮੁੱਦੇ ਆ ਜਿਹੜੇ ਦਿੱਲੀ ਜਨਤਾ ਅੱਗੇ ਰੱਖੇ ਗਏ ਅਤੇ ਦਿੱਲੀ ਜਨਤਾ ਉਹਨਾਂ ਮੁੱਦਿਆਂ ਨੂੰ ਕਿਸ ਤਰੀਕੇ ਨਾਲ ਲੈ ਰਹੀ ਹੈਗੀ ਹੈ। ਹਿੰਦੂ ਮੁਸਲਮਾਨ ਵਾਲੀ ਸਿਆਸਤ ਤੋਂ ਲੈ ਕੇ ਅਖੌਤੀ ਰਾਸ਼ਟਰਵਾਦਵਾਦੀ ਰਾਜਨੀਤੀ ਦੇ ਵਿਚਾਲੇ ਵਿਕਾਸ ਦਾ ਏਜੰਡਾ ਕਿੰਨੇ ਛੇੜਿਆ ਅਤੇ ਕਿੰਨੇ ਨਹੀਂ ਛੇੜਿਆ, ਇਹ ਸਾਰੇ ਸਵਾਲ ਹੋਣਗੇ ਜ਼ਰੂਰ। ਪਰ ਵੱਡਾ ਸਵਾਲ ਇਹ ਹੋਵੇਗਾ ਦਿੱਲੀ ਦੇ ਦਿਲ ਵਿੱਚ ਕੀ ਆਈ ਬਹਿਸ ਕਿਉਂ ਕਰ ਰਹੇ ਹਾਂ ਟੂ ਦਾ ਪੁਆਇੰਟ ਵੇ, ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ। ਦਿੱਲੀ ਵਿਧਾਨ ਸਭਾ ਚੋਣਾਂ ਲਈ ਕੁਝ ਘੰਟੇ ਬਾਕੀ ਆ, ਸਿਆਸੀ ਧਿਰਾਂ ਦੇ ਆਪੋ ਆਪਣੇ ਦਾਅਵੇ ਆ। ਆਖਰੀ ਦਿਨ ਤੱਕ ਚੋਣ ਪ੍ਰਚਾਰ ਵਿੱਚ ਸਾਰੀਆਂ ਧਿਰਾਂ ਨੇ ਦਿੱਲੀ ਜਿੱਤਣ ਲਈ ਪੂਰੀ ਵਾਹ ਲਾ ਦਿੱਤੀ। ਸ਼ਾਹੀਨ ਬਾਗ 'ਤੇ ਖੂਬ ਦੂਸ਼ਣਬਾਜ਼ੀ ਕੀਤੀ ਗਈ, ਕਈ ਆਗੂਆਂ 'ਤੇ ਚੋਣ ਕਮਿਸ਼ਨ ਨੇ ਸਖਤੀ ਵੀ ਕੀਤੀ। ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦਿੱਲੀ ਦੀ ਚੋਣ ਨੂੰ ਹੀ ਟਾਰਗੇਟ ਕੀਤਾ ਅਤੇ ਸਿੱਧਾ ਸਿੱਧਾ ਵਿਰੋਧੀਆਂ ਨੂੰ ਨਿਸ਼ਾਨੇ 'ਤੇ ਲਿਆ। 1984 ਦੇ ਸਿੱਖ ਕਤਲੇਆਮ 'ਤੇ ਸਰਕਾਰਾਂ ਦੀ ਸੋਚ ਦਾ ਜ਼ਿਕਰ ਵੀ ਕਰ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ। ਹਿੰਦੂ ਮੁਸਲਮਾਨ ਦੀ ਸਿਆਸਤ ਦੇ ਵਿਚਾਲੇ ਰਾਸ਼ਟਰਵਾਦੀ ਰਾਜਨੀਤੀ ਵੀ ਦਿੱਲੀ 'ਚ ਭਾਰੂ ਰਹੀ ਹੈ। ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਨੇ ਚੋਣ ਮੈਨੀਫੈਸਟੋ ਵਿੱਚ ਦਿੱਲੀ ਦੀ ਜਨਤਾ ਨਾਲ ਵੱਡੇ ਵੱਡੇ ਵਾਅਦੇ ਵੀ ਕਰ ਦਿੱਤੇ। ਦਿੱਲੀ ਵਿਧਾਨ ਸਭਾ ਚੋਣਾਂ ਲਈ 8 ਫਰਵਰੀ ਨੂੰ ਵੋਟਿੰਗ ਹੋਵੇਗੀ, ਤੁਹਾਨੂੰ ਸਾਰਿਆਂ ਨੂੰ ਪਤਾ। 11 ਫਰਵਰੀ ਨੂੰ ਨਤੀਜੇ ਆਉਣਗੇ, ਇਹ ਵੀ ਤੁਹਾਨੂੰ ਪਤਾ ਹੈਗਾ। ਦਿੱਲੀ ਦਾ ਦੰਗਲ ਅਤੇ ਕਿਸ ਲਈ ਮੰਗਲ ਹੋਵੇਗਾ, ਵੱਡਾ ਸਵਾਲ ਇੱਕੋ ਪੁੱਛਿਆ ਜਾਵੇਗਾ। ਵੱਡਾ ਸਵਾਲ ਇਸ ਡਿਬੇਟ ਦੇ ਵਿੱਚ ਇਹ ਪੁੱਛਿਆ ਜਾਵੇਗਾ, ਵਿਧਾਨ ਸਭਾ ਚੋਣਾਂ 'ਚ ਦਿੱਲੀ ਦੀ ਜਨਤਾ ਕਿਹੜੇ ਮੁੱਦਿਆਂ ਨਾਲ ਖੜੇ ਕੀ। ਇਸੇ ਸਵਾਲ 'ਤੇ ਬਹਿਸ ਕਰਾਂਗੇ। ਪੈਨਲ ਸਾਡਾ ਮੌਜੂਦ ਹੈਗਾ, ਉਹਨਾਂ ਤੁਹਾਡਾ ਤਾਰਫ ਕਰਾ ਰਿਹਾ। ਮੁਹੰਮਦ ਖਾਲਿਦ ਸਾਹਿਬ ਇਹ ਪੋਲੀਟੀਕਲ ਐਨਲਿਸਟ ਦੇ ਤੌਰ 'ਤੇ ਸਾਡੇ ਨਾਲ ਬੈਠਣਗੇ, ਇੱਥੇ ਸਾਡੇ ਨਾਲ ਮੌਜੂਦ ਰਹਿਣਗੇ। ਮੁਹੰਮਦ ਖਾਲਿਦ ਸਾਹਿਬ ਨੂੰ ਸਭ ਕੁਝ ਪਤਾ ਹੈਗਾ ਕਿ ਦਿੱਲੀ ਦੀ ਜਨਤਾ ਕੀ ਚਾਹੁੰਦੀ ਹੈਗੀ, ਦਿੱਲੀ ਦਿਲ ਵਿੱਚ ਕੀ ਹੈਗਾ। ਪਰ ਇਹਨਾਂ ਤੋਂ ਇਹ ਜ਼ਰੂਰ ਪੁੱਛਾਂਗੇ ਕਿ ਸਿਆਸੀ ਧਿਰਾਂ ਕੀ ਚਾਹੁੰਦੀਆਂ ਹੈਗੀਆਂ ਦਿੱਲੀ ਦੇ ਲਈ। ਸਵਾਲ ਇਹਨਾਂ ਤੋਂ ਹੋਵੇਗਾ ਜ਼ਰੂਰ, ਕਿਉਂਕਿ ਦਿੱਲੀ ਜਿਹੜੀ ਦਿਸ਼ਾ ਦੇਵੇਗੀ ਦੇਸ਼ ਨੂੰ, ਉਸ ਦੇ ਨਾਲ ਅਗਲੀ ਸਿਆਸਤ ਹੈ, ਉਸ ਦਾ ਭਵਿੱਖ ਵੀ ਟਿਕਿਆ ਹੋਇਆ। ਇਸ ਕਰਕੇ ਮੁਹੰਮਦ ਖਾਲਿਦ ਸਾਹਿਬ ਨੂੰ ਸੱਦਿਆ। ਮੁਹੰਮਦ ਖਾਲਿਦ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਜਗਤਾਰ ਸਿੰਘ ਸੰਘੇੜਾ ਇਹ ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਸਕੱਤਰ ਨੇ। ਸੰਘੇੜਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ ਕਿ ਇਹ ਵਾਰ ਵਾਰ ਦਾਅਵਾ ਕਰ ਰਿਹਾ ਕਿ ਸਾਡੇ ਜਿਹੜੇ ਮੁੱਦੇ ਹੈਗੇ ਆ ਉਹ ਜਨਤਾ ਨੂੰ ਪਸੰਦ ਆਉਣਗੇ। ਇਹਨਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਹੜੇ ਮੁੱਦਿਆਂ 'ਤੇ ਇਹ ਵੋਟ ਮੰਗ ਰਿਹਾ ਅਤੇ ਕਿਹੜੇ ਮੁੱਦਿਆਂ ਤੋਂ ਇਹ ਭੱਜ ਰਹੇ ਹੈਗੇ ਆ ਅਤੇ ਕਿਹੜੇ ਮੁੱਦੇ ਇਹਨਾਂ ਦੇ, ਕਿਹੜੇ ਵਾਅਦੇ ਇਹਨਾਂ ਦੇ ਮੈਨੀਫੈਸਟੋ ਦੇ ਅਧੂਰੇ ਰਹਿ ਗਏ ਆ ਅਤੇ ਕਿਉਂ ਰਹਿ ਗਏ ਆ। ਸੰਘੇੜਾ ਸਾਹਿਬ ਤੁਹਾਡਾ ਬਹੁਤ ਸਵਾਗਤ ਆ। ਡਾਕਟਰ ਮੇਜਰ APS ਸੁਨਵਾਰੀਆ ਸਾਹਿਬ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆ। ਸੁਨਵਾਰੀਆ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ, ਭਾਰਤੀ ਜਨਤਾ ਪਾਰਟੀ ਦਾ ਜਿਹੜਾ ਸੋਕਾ ਹੈਗਾ ਪਿਛਲੇ ਤਕਰੀਬਨ 2 ਦਹਾਕਿਆਂ ਤੋਂ, ਉਹ ਕਿਸ ਤਰ੍ਹਾਂ ਉਸ ਨਾਲ ਨਿਬੜਿਆ ਜਾਵੇਗਾ। 15 ਸਾਲ ਸ਼ੀਲਾ ਦੀਕਸ਼ਿਤ ਦੀ ਯਾਨੀ ਕਿ ਕਾਂਗਰਸ ਸਰਕਾਰ ਰਹੀ, ਉਸ ਤੋਂ ਬਾਅਦ ਕੇਜਰੀਵਾਲ ਅਤੇ ਕਾਂਗਰਸ ਦੀ ਸਰਕਾਰ ਰਹੀ, ਆਮ ਆਦਮੀ ਪਾਰਟੀ ਅਤੇ ਕਾਂਗਰਸ ਦੀ, ਉਸ ਤੋਂ ਬਾਅਦ ਫਿਰ ਦੁਬਾਰਾ ਕੇਜਰੀਵਾਲ ਆਉਂਦੇ ਆ ਅਤੇ ਹੁਣ ਜਿਹੜਾ ਇਹ 6ਵੀਂ ਵਾਰ ਹੈ BJP ਮੈਦਾਨ ਵਿੱਚ ਆ। BJP ਤੋਂ ਸਮਝਣ ਦੀ ਕੋਸ਼ਿਸ਼ ਕਿਹੜੇ ਮੁੱਦੇ ਉਹ ਜਨਤਾ ਦੀ ਕਚਹਿਰੀ ਵਿੱਚ ਲੈ ਕੇ ਗਏ। ਸੁਨਵਾਰੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਜੀਤ ਸਿੰਘ ਕਿੰਗਰਾ ਕਾਂਗਰਸ ਦੇ ਬੁਲਾਰੇ ਆ ਅਤੇ ਤਕਰੀਬਨ 16 ਸਾਲ ਦਿੱਲੀ ਦੇ ਵਿੱਚ ਰਹੇ ਜਿੱਥੇ ਤੱਕ ਮੈਨੂੰ ਜਾਣਕਾਰੀ ਹੈਗੀ, ਅਤੇ 15 ਸਾਲ ਸ਼ੀਲਾ ਦੀਕਸ਼ਿਤ ਦੀ ਸਰਕਾਰ ਰਹੀ ਹੈ। ਦਿੱਲੀ ਦੀ ਕਣ-ਕਣ ਦਾ ਇਹਨਾਂ ਨੂੰ ਪਤਾ ਹੈਗਾ, ਪਰ ਹੁਣ ਦਿੱਲੀ ਦੇ ਲੋਕ ਆ ਜਿਹੜੇ ਕਾਂਗਰਸ ਨਾਲ ਕਿੰਨੇ ਖੜ੍ਹਦੇ ਆ ਅਤੇ ਕਿਉਂ ਨਹੀਂ ਖੜ੍ਹਦੇ ਪਏ, ਇਹ ਸਵਾਲ ਇਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਦਿੱਲੀ ਨੂੰ ਕਾਂਗਰਸ ਕਹਿੰਦੀ ਅਸੀਂ ਬਹੁਤ ਕੁਝ ਦਿੱਤਾ ਹੈਗਾ, ਸ਼ੀਲਾ ਦੀਕਸ਼ਿਤ ਸਰਕਾਰ ਦੀਆਂ ਪ੍ਰਾਪਤੀਆਂ ਦਿੱਲੀ ਦੇ ਵਿੱਚ ਕਾਂਗਰਸ ਗਿਣਵਾ ਰਹੀ ਹੈਗੀ ਹੈ, ਪਰ ਬਾਵਜੂਦ ਇਸ 'ਤੇ ਇਹ ਇਹਨਾਂ 'ਤੇ ਸਵਾਲ ਹੋ ਰਿਹਾ ਕਿ ਆਮ ਆਦਮੀ ਪਾਰਟੀ ਨੂੰ ਜਿਹੜੀ ਵੋਟ ਜਾ ਰਹੀ ਹੈਗੀ ਹੈ ਉਹ ਕਹਿੰਦੇ ਚਾਹੇ ਕਾਂਗਰਸ ਦੇ ਦੋ ਚਾਹੇ ਆਮ ਆਦਮੀ ਪਾਰਟੀ ਦੇ ਦੋ, ਇੱਕੋ ਗੱਲ ਹੈ, ਪਤਾ ਨਹੀਂ ਇਹ ਸਵਾਲ ਕਿਉਂ ਉੱਠਦਾ ਹੈਗਾ। ਇਹ ਕਿੰਗਰਾ ਸਾਹਿਬ ਤੋਂ ਸਮਝਣ ਦੀ ਕੋਸ਼ਿਸ਼ ਕਰਾਂ। ਕਿੰਗਰਾ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾ ਸਵਾਲ ਜਗਤਾਰ ਸਿੰਘ ਸੰਘੇੜਾ ਤੁਹਾਨੂੰ ਕਰਨਾ ਚਾਹੂੰਗਾ। ਸੰਘੇੜਾ ਸਾਹਿਬ ਤੁਸੀਂ ਕਿਹੜੇ ਮੁੱਦੇ ਆ ਜਿਹੜੇ ਜਿਨ੍ਹਾਂ ਨੂੰ ਲੈ ਕੇ ਜਨਤਾ ਦੀ ਕਚਹਿਰੀ ਵਿੱਚ ਗਏ ਹੋ ਅਤੇ ਸ਼ਹੀਨ ਬਾਗ 'ਤੇ ਤੁਹਾਡਾ ਸਟੈਂਡ ਆ ਉਹ ਸਪਸ਼ਟ ਕਿਉਂ ਨਹੀਂ ਹੈਗਾ? ਦੇਖੋ ਸ਼ਹੀਨ ਬਾਗ ਪਹਿਲਾਂ ਮੁੱਦਿਆਂ ਦੀ ਗੱਲ ਕਰ ਲਓ, ਮੈਨੂੰ ਪਤਾ ਤੁਸੀਂ ਸ਼ਹੀਨ ਬਾਗ 'ਤੇ ਆ ਜਾਓਗੇ, ਮੁੱਦਿਆਂ ਦੀ ਗੱਲ ਕਰ ਲਓ ਪਹਿਲਾਂ। ਮੁੱਦਿਆਂ 'ਤੇ ਦੇਖੋ, ਅਸੀਂ ਜੋ ਦਿੱਲੀ 'ਚ ਕੰਮ ਕੀਤੇ ਆ ਅਸੀਂ ਉਹ ਲੋਕਾਂ ਸਾਹਮਣੇ ਰੱਖੇ ਆ। ਚੋਣਾਂ ਦੀ ਸ਼ੁਰੂਆਤ ਦੇ ਵਿੱਚ ਹੀ ਮਾਣਯੋਗ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਾਹਿਬ ਨੇ ਕਲੀਅਰ ਕੱਟ ਲੋਕਾਂ ਨੂੰ ਕਿਹਾ ਸੀਗਾ ਕਿ ਮੈਂ ਜਿਹੜੇ ਕੰਮ ਕੀਤੇ ਆ ਤੁਹਾਡੇ ਸਾਹਮਣੇ ਰੱਖ ਦਿੱਤੇ ਆ, ਜੇ ਤੁਸੀਂ ਸਮਝਦੇ ਹੋ ਕਿ ਇਹ ਕੰਮ ਠੀਕ ਨੇ ਅਤੇ ਇਸ ਤਰ੍ਹਾਂ ਹੀ ਦਿੱਲੀ ਦਾ ਵਿਕਾਸ ਅਤੇ ਜਿਹੜੇ ਕੰਮਾਂ 'ਤੇ ਆਧਾਰਿਤ ਰਾਜਨੀਤੀ ਪਸੰਦ ਕਰਦੇ ਹੋ ਤਾਂ ਵੋਟ ਮੈਨੂੰ ਪਾ ਦਿਓ, ਨਹੀਂ ਤਾਂ ਕਿਸੇ ਹੋਰ ਨੂੰ ਪਾ ਦਿਓ। ਕਿਸੇ ਮੁੱਖ ਮੰਤਰੀ ਨੇ ਅਜੇ ਤੱਕ ਇੰਨੀ ਹਿੰਮਤ ਨਹੀਂ ਕੀਤੀ ਲੋਕਾਂ ਨੂੰ ਕਹਿਣ ਦੀ। ਉਸ ਵੇਲੇ ਮੁੱਦੇ ਬਣਾਏ ਜਾਂਦੇ ਆ ਅਤੇ ਲਾਰੇ ਲਾਏ ਜਾਂਦੇ ਆ। ਅਸੀਂ ਚੋਣ ਪ੍ਰਚਾਰ ਹੀ ਇੱਥੋਂ ਸ਼ੁਰੂ ਕੀਤਾ ਕਿ ਅਸੀਂ ਕੀ ਕਿਹੜੇ ਕੰਮ ਕੀਤੇ ਆ, ਅਤੇ ਉਹ ਉਹਨਾਂ ਦੇ ਵਿੱਚ ਜਿਹੜਾ ਮਤਲਬ ਸਭ ਤੋਂ ਬੁਨਿਆਦੀ ਚੀਜ਼ਾਂ ਜਿਹੜੀਆਂ ਹੈਗੀਆਂ, ਬਿਜਲੀ ਪਾਣੀ ਦੀ ਜ਼ਰੂਰਤ ਹੈ, ਹਰ ਹਾਊਸ ਹੋਲਡ ਦੇ ਵਿੱਚ ਜ਼ਰੂਰਤ ਹੈ, ਜਿਹੜਾ ਪਾਣੀ 20,000 ਲੀਟਰ ਤੱਕ ਫ੍ਰੀ ਕੀਤਾ,
ਤੇ ਬਿਜਲੀ ਜਿਹੜੀ ਇੰਨੀ ਸਸਤੀ ਕੀਤੀ ਹੈ, ਜਿਹਦੇ ਵਿੱਚ ਅਕਾਲੀ ਭਾਜਪਾ ਜਾਂ ਹੋਰ ਪਾਰਟੀਆਂ ਦੇ ਵੀ ਜਿਹੜੇ ਲੋਕ ਹੈਗੇ ਆ ਨਾ, ਆਫ ਦੀ ਰਿਕਾਰਡ ਉਹ ਮੰਨਦੇ ਆ ਵੀ ਸਾਨੂੰ ਪਰ ਹਾਊਸ ਹੋਲਡ 100 1 1 ਲੱਖ 2 2 ਲੱਖ ਰੁਪਏ ਦੀ ਬੱਚਤ ਹੋਈ ਹੈ। ਉਹ ਲੋਕਾਂ ਦਾ ਟੈਕਸੀ ਸੀਗਾ ਜਿਹੜਾ ਉਹਨਾਂ ਨੂੰ ਵਾਪਸ ਕੀਤਾ ਗਿਆ। ਔਰ ਉਸ ਤੋਂ ਇਲਾਵਾ ਜਿਹੜੀ ਸਕੂਲਾਂ ਦੀ ਨੁਹਾਰ ਬਦਲੀ ਆ, ਸਕੂਲ ਅਤੇ ਜਿਹੜੇ ਮੁਹੱਲਾ ਕਲੀਨਿਕ ਸਿਹਤ ਸਹੂਲਤਾਂ ਜਿਹੜੀਆਂ ਕਿ ਬਹੁਤ ਜ਼ਰੂਰੀ ਹੁੰਦੀਆਂ ਆ, ਉਹਨਾਂ 'ਚ ਸੁਧਾਰ ਕੀਤਾ ਆ। ਬਾਕੀ ਹੋਰ ਜਿਹੜੀ ਫਿਰ ਤੁਸੀਂ ਜਨ ਲੋਕਪਾਲ ਜਾਂ ਕਰਪਸ਼ਨ ਦਾ ਮੁੱਦਾ ਉਹ ਤੁਸੀਂ ਦੇਖੋ, ਅਸੀਂ ਉਹਦੇ ਉਹ ਅਸੀਂ ਮੁੱਦਾ ਉਹ ਛੱਡ ਨਹੀਂ ਚੁੱਕੇ। ਅਸੀਂ ਉੱਧਰਲੇ ਪਾਸੇ ਨੂੰ ਮਤਲਬ ਜਿਹੜਾ ਅੱਗੇ ਵੀ ਕੰਮ ਕਰਾਂਗੇ। ਕੁਛ ਚੀਜ਼ਾਂ ਜਿਹੜੀਆਂ ਆ ਉਹ ਉਸ ਸਟੇਜ ਤੱਕ ਨਹੀਂ ਜਾ ਸਕੀਆਂ ਜਿੱਥੇ ਤੱਕ ਅਸੀਂ ਲਿਜਾਣਾ ਚਾਹੁੰਦੇ ਸੀ, ਕਿਉਂਕਿ ਉਹ ਸਾਰਾ ਕੁਛ ਹੀ ਦਿੱਲੀ ਦੇ ਅਧਿਕਾਰ ਖੇਤਰ 'ਚ ਨਹੀਂ ਸੀ। ਜਿੱਦਾਂ ਕਰਪਸ਼ਨ ਦੇ ਵਿਰੁੱਧ ਅਸੀਂ ਲੜਾਈ ਲੜੀ ਹੈ, ਕਰਪਸ਼ਨ ਬਹੁਤ ਜ਼ਿਆਦਾ ਕੰਟਰੋਲ ਕੀਤੀ ਹੈ, ਜਿਹਦੇ ਸਿੱਟੇ ਵਜੋਂ ਜਿੱਥੇ 30,000 ਕਰੋੜ ਦਾ ਬਜਟ ਸੀਗਾ ਦਿੱਲੀ ਦਾ, 60,000 ਕਰੋੜ ਆਮ ਆਦਮੀ ਪਾਰਟੀ ਦੇ 5 ਸਾਲ ਦੇ ਪ੍ਰਸ਼ਾਸਨ ਚ ਹੋਇਆ ਹੈ। ਤੁਹਾਡੀ ਦੁਬਾਰਾ ਸਰਕਾਰ ਆ ਗਈ, ਐਲਕੀ ਤਾਂ ਨਹੀਂ ਕਿਸੇ ਨੂੰ ਅੰਦਰ ਦੇਣਾ? ਨਹੀਂ ਦੇਖੋ, ਸਾਰਾ ਕੁਝ ਪਹਿਲੀ ਵਾਰ ਤੁਸੀਂ ਕਹਿੰਦੇ ਸੀ ਵੀ ਅੰਦਰ ਦੇਣਾ। ਨਹੀਂ ਨਹੀਂ, ਅਸੀਂ ਦਿੱਤੇ ਆ ਅੰਦਰ ਲੋਕ। ਅਸੀਂ ਜਿਹੜੀ ਐਂਟੀ ਭ੍ਰਿਸ਼ਟਾਚਾਰ ਕਮੇਟੀ ਬਣਾਈ ਸੀ ABC, ਉਹਦੇ ਤੇ ਉਹ ਹਾਈਜੈਕ ਕਰ ਲਈ ਲੈਫਟੀਨੈਂਟ ਜਨਰਲ ਨੇ। ਜਦੋਂ ਪਹਿਲਾਂ ਸਰਕਾਰ ਸੀ ਤੁਹਾਡੇ ਕੋਲ, ਉਹ ਤਾਂ ਹੈਗੀ ਸੀ ਤੁਹਾਡੇ ਕੋਲ, ਉਦੋਂ ਕੀ ਕਰ ਲਿਆ? ਨਹੀਂ, ਉਦੋਂ ਦੀ ਮੈਂ ਗੱਲ ਕਰ ਰਿਹਾ ਜੀ, ਜਦੋਂ ਅਸੀਂ ਉੱਥੇ ਕਾਰਵਾਈ ਕਰਨੀ ਸ਼ੁਰੂ ਕੀਤੀ। ਜਿੱਦਾਂ ਸਾਡੇ ਤੇ ਲੋਕ ਕਈ ਵਾਰੀ ਸਵਾਲ ਕੀਤਾ ਜਾਂਦਾ ਪੰਜਾਬ 'ਚ, ਖਾਸ ਕਰਕੇ ਉੱਥੇ ਤਾਂ ਇਮੀਜੀਏਟਲੀ ਜਵਾਬ ਮਿਲ ਜਾਂਦਾ ਆ ਕਿ ਤੁਸੀਂ ਇਸ 'ਤੇ ਕਾਰਵਾਈ ਨਹੀਂ ਕੀਤੀ, ਇਸ 'ਤੇ ਕਾਰਵਾਈ ਨਹੀਂ ਕੀਤੀ। ਜਿਹੜੇ ਲੋਕ ਜਿਹੜੇ ਆ ਪੋਲੀਟੀਸ਼ੀਅਨ ਆ, ਉਹਨਾਂ ਵਾਸਤੇ ਜਿਹੜੀ ਕਮੇਟੀ ਤਿਆਰ ਕੀਤੀ ਸੀ, ਉਹ ਕਮੇਟੀ ਜਿਹੜੀ ਆ ਉਹ ਲੈਫਟੀਨੈਂਟ ਜਨਰਲ ਨੇ ਆਪਣੇ ਅਧਿਕਾਰ ਖੇਤਰ 'ਚ ਲੈ ਲਈ, ਸਾਨੂੰ ਕਾਰਵਾਈ ਨਹੀਂ ਕਰਨ ਦਿੱਤੀ ਹੈਗੀ। ਸੋ ਇਸ ਤਰ੍ਹਾਂ ਦੀ ਕੁਛ ਪ੍ਰੋਬਲਮ ਸਾਨੂੰ ਆਈਆਂ ਹੈਗੀਆਂ, ਪਰ ਅਸੀਂ ਮਤਲਬ ਇਹ ਪਹਿਲੀ ਵਾਰੀ ਆ ਇੰਡੀਆ ਦੇ ਵਿੱਚ ਵੀ ਕਿਸੇ ਮੁੱਖ ਮੰਤਰੀ ਨੇ ਆਪਣੇ ਕੀਤੇ ਕੰਮਾਂ 'ਤੇ ਵੋਟ ਮੰਗੀ ਹੋਵੇ, ਅਤੇ ਪਹਿਲੀ ਵਾਰੀ ਆ ਇੰਨੇ ਕੰਮ ਹੋਏ ਆ, ਜਿਹਨੂੰ ਮਰਜ਼ੀ ਜਿੱਥੋਂ ਮਰਜ਼ੀ ਪੂਰਾ ਕਰ ਲਓ। ਠੀਕ ਹੈ, ਜਿਹੜਾ ਭਾਜਪਾ ਦਾ ਫਿਰਕੂ ਏਜੰਡਾ ਸੀਗਾ, ਤੁਹਾਡੀ ਦਿੱਲੀ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਤੁਹਾਡੀ ਹਾਰ ਆ ਉਹ ਬੜੇ ਸਾਲਾਂ ਤੋਂ ਹੋ ਰਹੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਉੱਥੇ ਕਾਰਪੋਰੇਸ਼ਨ ਅਤੇ ਹੋਰ DDA ਦੇ ਉੱਤੇ ਤੁਹਾਡਾ ਬਹੁਤ ਵਰਿਆਂ ਦਾ ਕਬਜ਼ਾ ਹੈਗਾ। ਤੁਸੀਂ ਉਹਨਾਂ ਦੇ ਕੰਮ ਗਿਣਾ ਕੇ ਵੋਟ ਕਿਉਂ ਨਹੀਂ ਮੰਗਦੇ ਪਏ? 7 MP ਤੁਹਾਡੇ ਉੱਥੇ ਹੈਗੇ ਆ, ਤੁਸੀਂ ਉਹਨਾਂ ਦਾ ਕੰਮ ਗਿਣਾ ਕੇ ਵੋਟ ਕਿਉਂ ਨਹੀਂ ਮੰਗਦੇ ਪਏ? ਬਿਲਕੁਲ, ਵਜ੍ਹਾ ਕੀ ਆ? ਨਹੀਂ ਨਹੀਂ, KP ਜੀ ਸਾਰੇ ਕੰਮ ਅਸੀਂ ਗਿਣਾਤੇ, ਬਟ ਜਿਹੜਾ ਸੈਲਫ ਬੀਟਿੰਗ ਅਬਾਊਟ ਦਾ ਓਨ ਟ੍ਰੰਪਿੰਟ, ਹੁਣ ਕੇਜਰੀਵਾਲ ਸਿੰਗਾੜਾ ਸੀ ਮੇਰੇ ਕੋਲ ਬਹੁਤ ਡਿਬੇਟਾਂ 'ਤੇ ਰਹੇ ਨੇ, ਆਪਣੀ ਇੱਕ ਹੀ ਗੱਲ ਕਰਦੇ ਨੇ ਕਿ ਸਾਡੇ ਇੱਕ ਹੀ ਮੁੱਖ ਮੰਤਰੀ ਹੈ ਕਿ ਜਿਹੜਾ ਆਪਣੇ ਸਾਹਿਬ ਸੁਣਾਰੇ ਸਾਹਿਬ ਮੈਂ ਉਹ ਨਹੀਂ ਸੁਣੇ ਸਾਹਿਬ, ਤੁਸੀਂ ਆਪਦੀ ਗੱਲ ਕਰ ਲਓ ਨਾ ਪਹਿਲਾਂ, ਮੈਂ ਮੌਕਾ ਦੇ ਦੂੰਗਾ ਤੁਹਾਨੂੰ। ਮੈਂ ਉਹ ਯਾਰ ਇੱਕ ਕਾਂਗਰਸ ਨੂੰ ਨਾਪ ਲਈ, ਉਹਨਾਂ ਨੂੰ ਵੀ ਨਾਪ ਲਈ, ਮੈਂ ਉਹ ਹੀ ਆ ਰਿਹਾ। ਆਪਦੀ ਗੱਲ ਵੀ ਕਰ ਲਓ ਨਾ, ਦੇਖੋ ਤੁਹਾਡਾ ਏਜੰਡਾ ਕੀ ਹੈ? ਅਸੀਂ ਨਹੀਂ, ਸਾਡਾ ਏਜੰਡਾ ਪੂਰਾ ਦਿੱਲੀ ਦੀ ਪੂਰੀ ਜਨਤਾ ਨੂੰ ਉਹ ਸੁਵਿਧਾ ਜੋ ਸਾਡੇ ਬਾਕੀ ਸਟੇਟਾਂ 'ਤੇ ਮਿਲ ਰਹੀ ਨੇ, ਦਿੱਲੀ ਦਾ ਪੂਰਨ ਉਥਾਨ, ਸਭ ਦਾ ਸਾਥ, ਸਭ ਦਾ ਵਿਕਾਸ। ਸੁਨਾਰੇ ਸਾਹਿਬ, ਬਹੁਤ ਸਧਾਰਨ ਸਵਾਲ ਕਰਦਾ ਮੈਂ ਜੀ, ਸੁਨਾਰੇ ਸਾਹਿਬ, ਜਿਵੇਂ ਕਾਂਗਰਸ ਹੈ ਸ਼ੀਲਾ ਦੀਕਸ਼ਿਤ ਦਾ ਕਾਰਜਕਾਲ ਗਿਣਾਉਣ ਵਿੱਚ ਲੱਗੀ ਹੈ, ਹੁਣ ਤੁਹਾਡੇ ਕੋਲ ਕੋਈ ਇਹੋ ਜਿਹਾ ਕਾਰਜਕਾਲ ਹੈਗਾ ਕਿਸੇ ਦਾ ਜਿਹੜਾ ਤੁਸੀਂ ਉੱਥੇ ਦਿੱਲੀ ਦੇ ਵਿੱਚ ਗਿਣਾ ਸਕੋ? ਪ੍ਰਧਾਨ ਮੰਤਰੀ ਸਾਹਿਬ ਦਾ ਗਿਣਾ ਦਿਓ, 7 MP ਦਾ ਗਿਣਾ ਦਿਓ, MCD ਦਾ, DDA ਦਾ, ਕਿਸੇ ਦਾ ਤਾਂ ਗਿਣਾ ਦਿਓ। KP ਜੀ ਮੈਂ ਗਿਣਾਉਣ ਲੱਗੂੰਗਾ ਤਾਂ ਪੂਰਾ ਟਾਈਮ ਲੱਗੇਗਾ। ਸਭ ਤੋਂ ਪਹਿਲਾ ਕੰਮ ਮੈਂ ਦੱਸਣਾ ਚਾਹੁੰਦਾ ਕਿ ਉੱਥੇ 50 ਲੱਖ ਲੋਕ ਜੋ ਦਿੱਲੀ ਦੇ ਵਾਸਿੰਦੇ, ਜਿਹਨਾਂ ਦੇ ਸਿਰ 'ਤੇ ਉੱਤੇ ਛੱਤ ਨਹੀਂ ਸੀ, ਬੁਲਡੋਜ਼ਰ ਡਰ ਲੱਗਿਆ ਰਹਿੰਦਾ ਸੀ, ਉਹਨਾਂ ਨੇ ਇੰਨੀ ਸਾਰੀ ਹਜ਼ਾਰੋਂ ਕਲੋਨੀ ਜਿਹੜੀ ਕੱਚੀ ਕਲੋਨੀ, ਇਲੀਗਲ ਕਲੋਨੀ ਸੀ, ਡਿਸਪਾਈਟ ਆਲ ਦ ਪ੍ਰੋਬਲਮ ਬਾਈ ਆਪ ਜਿਹੜਾ ਮੁੱਖ ਮੰਤਰੀ ਜੀ, ਆਪ ਜੀ ਗੌਰਮੈਂਟ ਨੇ ਜਿੰਨੇ ਉੱਤੇ ਰੋੜੇ ਅਟਕਾਏ, ਹੁਣ ਅਸੀਂ ਉਹਨਾਂ ਨੇ ਪੂਰੀ ਉਹਨਾਂ ਨਾਲ ਉਹਨਾਂ ਦੀ ਰਜਿਸਟਰੀਆਂ ਦੀ ਅਧਿਕਾਰ ਦਿੱਤੇ ਨੇ, ਉਹਨਾਂ ਨੇ ਪ੍ਰੋਮਿਸ ਕੀਤਾ ਕਿ ਘਰ ਜਿਹੜੀ ਹੈ ਰੋੜੇ ਕੀ ਅਟਕਾਏ, ਮੈਪਿੰਗ ਨਹੀਂ ਹੋ ਰਹੀ ਸੀ, ਕੀ ਨਹੀਂ ਹੋ ਰਿਹਾ ਸੀ ਉਹਨਾਂ ਨੇ, ਕਿਉਂਕਿ ਅਰਵਿੰਦ ਕੇਜਰੀਵਾਲ ਇਹ ਗੱਲ ਕਲੀਅਰ ਕਰਦੇ ਪਏ ਆ, ਜਿਹੜੀ ਤੁਸੀਂ ਮੈਪਿੰਗ ਮੰਗਦੇ ਪਏ ਸੀ ਉਸ ਮੁਤਾਬਕ ਉਹਦੇ 'ਤੇ ਬੜੇ ਟਾਈਮ ਲੱਗਣਾ ਸੀ, ਇਸ ਕਰਕੇ ਉਹ ਟਾਈਮ ਲੱਗ ਰਿਹਾ। ਨਾ ਨਾ ਨਾ, ਟਾਈਮ ਉਹ ਦੇਖੀਏ, ਕੇਜਰੀਵਾਲ ਜੀ ਝੂਠ ਦਾ ਪੁਲੰਦਾ ਬੋਲਣ, ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਜੀ ਨੂੰ, ਹੁਣ ਇਲੈਕਸ਼ਨ ਦੀ ਗੱਲ ਕਰ ਰਹੇ ਸਿੰਗਾੜਾ ਸਾਹਿਬ, ਕਿਉਂ ਉਹਨਾਂ ਨੇ ਨੁੱਕੜ ਸਭਾ ਕਿਉਂ ਨਹੀਂ ਕੀਤੀ, ਸਭਾਏ ਕਿਉਂ ਨਹੀਂ ਕੀਤੀ, ਸਿਰਫ ਰੋਡ ਸ਼ੋਅ ਕਰ ਪਏ? ਜੇ ਨੁੱਕੜ ਸਭਾ ਕਰਦੇ ਤਾਂ ਲੋਕ ਉਹਨਾਂ ਨੂੰ ਸਵਾਲ ਪੁੱਛਦੇ ਕਿ ਸਾਨੂੰ ਤੁਸੀਂ ਆਯੁਸ਼ਮਾਨ ਭਾਰਤ ਤੋਂ ਕਿਉਂ ਮਹਿਰੂਮ ਰੱਖਿਆ, ਤੁਸੀਂ ਸਾਨੂੰ ਘਰ ਬਣਾ, ਪ੍ਰਧਾਨ ਮੰਤਰੀ ਆਵਾਸ ਯੋਜਨਾ, ਲੋਕ ਸਵਾਲ ਕਰਦੇ। ਸਪਨਾ ਚੌਧਰੀ ਇੱਕ ਜਗ੍ਹਾ 'ਤੇ ਰੈਲੀ ਕਰਦੀ ਪਈ, ਸਪਨਾ ਚੌਧਰੀ ਨੇ ਪੁੱਛਿਆ ਕਿਹਨੂੰ ਵੋਟ ਪਾਉਂਗੇ, ਕਹਿੰਦੇ ਕੇਜਰੀਵਾਲ ਨੂੰ। ਮੈਂ ਇਹ ਪ੍ਰਚਾਰ ਨਹੀਂ ਹੈਗਾ, ਪਰ ਮੈਂ ਤੁਹਾਨੂੰ ਐਕਚੁਅਲ ਪੋਜੀਸ਼ਨ ਦੱਸਦਾ ਪਿਆ ਦਿੱਲੀ ਦੀ। ਤੁਹਾਨੂੰ ਕਿਸੇ ਲਾਈਨ ਵਿੱਚ ਨਹੀਂ ਗਿਣਿਆ ਜਾ ਰਿਹਾ? ਦੇਖੋ, ਇਸ ਤਰ੍ਹਾਂ ਹੈ, ਭਾਰਤ ਦੀ ਜਿਹੜੇ ਵਿੱਚ ਡੈਮੋਕ੍ਰੇਸੀ ਦੇ ਵਾਸਤੇ ਕਹਿੰਦੇ ਨੇ, ਜੇ ਗਰੀਬੀ ਹੋਵੇ, ਧਰਮ 'ਤੇ ਆਧਾਰਿਤ ਹੋਵੇ ਅਤੇ ਅਨਪੜ੍ਹਤਾ ਹੋਵੇ, ਤਾਂ ਡੈਮੋਕ੍ਰੇਸੀ ਵਰਗੀ ਮਾੜੀ ਚੀਜ਼ ਕੋਈ ਨਹੀਂ। ਔਰ ਇਹ ਤਿੰਨੇ ਚੀਜ਼ਾਂ ਜਿਹੜੀਆਂ ਭਾਰਤ ਦੇ ਵਿੱਚ ਮੌਜੂਦ ਹੈਗੀਆਂ ਨੇ, ਲੋਕਾਂ ਨੂੰ ਵੋਟ ਜਿਹੜੀ ਹੈ
वो पानी चाहिए है डिवेलपमेंट के आधार। मैं करूँगा वोटिंग की गल, मैं नहीं करता किसी पार्टी की ज़्यादा, अखीर च मैं दस देंगे बाकी आपकी पार्टी बारे भी। लोगों वोट पानी चाहिए है डिवेलपमेंट के उत्ते, कादी डिवेलपमेंट, इंफ्रास्ट्रक्चर डिवेलपमेंट, कैपिटल डिवेलपमेंट जिन्हों कहने असी, सोशल डिवेलपमेंट जिन्हों कहने असी, तो बाकी फैसिलिटेशन, क्योंकि सरकार जी कॉमर्स मैनेजमेंट वास्ते बनाई जाती है, डेमोक्रेसी सरकार ही नहीं कहती, उन्हें सेवादार कहना ज़्यादा चंगी गल है, क्योंकि इट्स अ कलैक्टिव रिस्पोंसिबिलिटी, कलैक्टिव मैनेजमेंट होंगी है। दिल्ली के लोग बाकी मुल्क दे नालों थोड़ा बहुत ज़्यादा चंगे पढ़े लिखे तो सियाने हैगे है, इस करके सोचते भी ने, पर तुसी दिल्ली का जिहड़ा असली रूप बदलिया सी, जे कोई बंदा दिल्ली दे विच शीला दीक्षित दे राज तो पहला उत्थे गया सी, ते रेस कोर्स रोड प्रधानमंत्री की सड़क सी, उस सड़क के उत्ते तुसी जाके वेंदे किवें उत्थे उहदा माड़ा हाल सी, उह सड़क अज जिहड़ी है, जे दिल्ली नूं सिंगापुर किसी ने बनाया है, स्मॉल दिल्ली देखो एक छोटा जहा टाउन है, म्यूनसिपल कमेटी है, कोई स्टेट नहीं है, जो मर्जी कह लो इनू, वो छोटी जी म्यूनसिपल कमेटी है, आबादी 1.5 करोड़ है, साड़ी राजधानी है, दुनिया की राजधानी है, वाशिंगटन हैगी है, अमरीका दे विच वो राजधानी शहर है, वो स्टेट नहीं हैगी है कोई भी, इस करके उत्थे जिहड़ा हैगा उहनूं सिंगापुर बनाउण दा जिहड़ा सुपना वेख्या सी, शीला दीक्षित जी ने वेख्या सी और बनाया भी, मैं मेरे सामने दिल्ली दी तब्दीली हुई है, मैं शीला दीक्षित सिंगापुर चेना प्रदूषण है, सड़कां दे सिंगापुर चेना प्रदूषण है जिना दिल्ली च प्रदूषण, देखो प्रदूषण थोनू मैं एक होर दस दंगा, जिहड़ियां इह कलोनियां दी गल करदे आ, ओ यारो 47 तक तां जो सानू बनाता सी अंग्रेजां दे मध्ये थपता, जो दिल्ली दा गन तुसीं रिंग रोड तों बाहर पाया हैगा, गलियां जे तुहाडे घरे बंदा मर जाए ना, तुसीं लाश नहीं कढ सकदे घर चों, एडिया भीड़ियां गलियां, ओह प्लानिंग किहने कीती, क्यों नहीं फायर टंगिया उहनां लोकां नूं, बनौटी चीजा ने ठीक किया गया सब कुछ जानते हुए भी ऐसा ना करो, सारी दुनिया मैं दिल्ली के विकास के मॉडल की गल करता पिया, सारी दुनिया च कूड़े के ढेर होंगे है, उन्होंने डिवेलप किया जाता है, उन्होंने उत्ते प्लांटेशन की जाती है, इतों तक अमरीका कई कूड़े के ढेर के उत्ते मॉल्स बनिया हुई है, जिन्हों नहीं जिन्हों फोटो चाहिए मैं फोटो भेज सकता, कूड़ा एक सोसाइटी का मेट्रोपोल सिटी का एक अंग है, ठीक ठीक है, पर भाई कूड़ा डिस्पोजल प्रॉपर दिल्ली का कूड़ा सामने के नाकाम रहे हैं, ठीक है, असी नहीं नाकाम रहे, देखो दूजी गल तुम्हें होर दसदा मैं, आ मैं अरविंद केजरीवाल जी की अज एक इंटरव्यू छपी है, इस इंटरव्यू के एक मैं आ बॉक्स बनाया, इस बॉक्स उन्होंने लिखा कि बीजेपी नहीं जित सकती, क्योंकि बीजेपी ने आपका मुख्यमंत्री का ਜਿਹੜਾ ਕੈਂਡੀਡੇਟ ਨਹੀਂ ਅਨਾਉਂਸ ਕੀਤਾ ਤੇ ਕੇਜਰੀਵਾਲ ਨੂੰ ਪੁੱਛਿਆ ਪੰਜਾਬ 'ਚ ਕੀ ਹੋਇਆ ਸੀਗਾ, ਹਾਂ ਨਹੀਂ ਇਹ ਸਵਾਲ ਹੈਗਾ, ਇਹ ਸਵਾਲ ਹੈਗਾ, ਇਹ ਸਵਾਲ ਹੋਇਆ ਸੀ ਕੇਜਰੀਵਾਲ ਪੰਜਾਬ 'ਚ ਜੋ ਕੇਜਰੀਵਾਲ ਨੂੰ ਜਵਾਬ ਦੇ ਜਾਂਦਾ ਹੈ ਉਹਦੀ ਯਾਦਾਸ਼ਤ ਬਹੁਤ ਕਮਜ਼ੋਰ ਹੈ, ਠੀਕ ਹੈ, ਇੱਕ ਉਹਨੇ ਲਿਖਿਆ ਕਿ ਬੀਜੇਪੀ ਹਾਰੇਗੀ ਕਿਉਂਕਿ ਉਹਨਾਂ ਨੇ ਮੁੱਖ ਮੰਤਰੀ ਦਾ ਕੈਂਡੀਡੇਟ ਇਹ ਸਵਾਲ ਹੈਗਾ ਮਿਸਟਰ ਕਿੰਗਰ, ਇਹ ਸਵਾਲ ਹੈਗਾ, ਇੱਕ ਛੋਟਾ ਬ੍ਰੇਕ ਲੈਣਾ, ਬ੍ਰੇਕ ਤੋਂ ਵਾਪਸ ਆਵਾਂਗੇ, ਮੁਹੰਮਦ ਖਾਲਿਦ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਦਿੱਲੀ ਦੇ ਦਿਲ ਵਿੱਚ ਕੀ ਹੈਗਾ, ਮੈਂ ਦਿੱਲੀ ਦੇ ਮੁੱਦਿਆਂ ਦੀ ਗੱਲ ਕਰ ਰਿਹਾ, ਦਿੱਲੀ ਦੇ ਵਿਕਾਸ ਦੀ ਗੱਲ ਕਰ ਰਿਹਾ, ਕਿਉਂਕਿ ਦਿੱਲੀ ਹੈ ਜਿਹੜੀ ਉਹ ਦਿੱਲੀ ਦਿਸ਼ਾ ਦਿੰਦੀ ਹੈ ਦੇਸ਼ ਨੂੰ, ਤੇ ਜੋ ਦਿੱਲੀ ਦਿਸ਼ਾ ਦੇਸ਼ ਨੂੰ ਦਵੇ ਤਾਂ ਫਿਰ ਦਿੱਲੀ ਜਿਹੜਾ ਫੈਸਲਾ ਕਰੇਗੀ ਉਹ ਦੇਸ਼ ਦੀ ਸਿਆਸਤ ਨੂੰ ਵੀ ਦਿਸ਼ਾ ਦੇਵੇਗੀ, ਬ੍ਰੇਕ ਤੋਂ ਵਾਪਸ ਆ ਰਿਹਾ, ਸਵਾਲ ਇਹ ਪੁੱਛ ਰਿਹਾ ਕਿ ਵਿਧਾਨ ਸਭਾ ਚੋਣਾਂ 'ਚ ਦਿੱਲੀ ਦੀ ਜਨਤਾ ਕਿਹੜੇ ਮੁੱਦਿਆਂ ਨਾਲ ਖੜੇਗੀ, ਮੁਹੰਮਦ ਖਾਲਿਦ ਸਾਹਿਬ ਜੀ ਤਕਰੀਬਨ ਅਖੀਰਲੇ 25 ਦਿਨ ਮੈਂ ਮੰਨ ਕੇ ਚੱਲਾਂ ਜਦੋਂ ਸ਼ਹੀਨ ਬਾਗ ਦਾ ਮੁੱਦਾ ਉੱਥੇ ਜ਼ੋਰ ਫੜਦਾ ਦਿੱਲੀ ਦੇ ਵਿੱਚ, ਉਸ ਤੋਂ ਪਹਿਲਾਂ ਦਿੱਲੀ ਦੀ ਸਿਆਸਤ ਦੇ ਵਿਚਾਲੇ ਇੰਨਾ ਵੱਡਾ ਭੁਚਾਲ ਨਹੀਂ ਆਇਆ ਸੀਗਾ, ਸ਼ਹੀਨ ਬਾਗ ਤੋਂ ਸਾਰਾ ਭੁਚਾਲ ਆ ਗਿਆ ਕਿ ਸ਼ਹੀਨ ਬਾਗ ਦੇ ਮੁੱਦੇ 'ਤੇ ਵੋਟਾਂ ਪੈਣਗੀਆਂ, CAA ਦੇ ਮੁੱਦੇ 'ਤੇ ਵੋਟਾਂ ਪੈਣਗੀਆਂ ਜਾਂ ਦਿੱਲੀ ਦੇ ਸਥਾਨਕ ਮੁੱਦਿਆਂ 'ਤੇ ਵੋਟਾਂ ਪੈਣਗੀਆਂ, ਮੁਹੰਮਦ ਖਾਲਿਦ ਸਾਹਿਬ ਦੇਖੋ ਪਹਿਲੀ ਤਾਂ ਚੀਜ਼ ਇਹ ਹੈ ਵੀ ਹਰ ਇਲੈਕਸ਼ਨ ਆਪਣੇ ਆਪ ਦੇ ਵਿੱਚ ਵਿਲੱਖਣਾ ਹੁੰਦਾ, ਡਿਫਰੈਂਟ ਹੁੰਦਾ, ਇਹ ਜਿਹੜਾ ਇਲੈਕਸ਼ਨ ਦਿੱਲੀ ਦੇ ਵਿੱਚ ਹੋ ਰਿਹਾ ਇਹਦੀ ਆਪਣੀ ਇੱਕ ਪਹਿਚਾਣ ਹੈ, ਦੂਸਰੀ ਚੀਜ਼ ਇਹ ਹੈ ਹਰ ਇਲੈਕਸ਼ਨ ਅਗਲੇ ਇਲੈਕਸ਼ਨਾਂ ਵਾਸਤੇ ਅਗਲੀ ਜਿਹੜੀ ਅੱਗੇ ਨੂੰ ਜਿੱਦ ਨੂੰ ਰਾਜਨੀਤੀ ਜਾਣੀ ਆ ਉਹਦੇ ਵਾਸਤੇ ਵੀ ਕਾਫੀ ਹੱਦ ਤੱਕ ਫੈਸਲਾ ਕਰ ਇੱਕ ਦਿਸ਼ਾ ਤੈਅ ਕਰਦਾ ਹੋ। ਦੂਸਰੀ ਗੱਲ ਇਹ ਹੈਗੀ ਹੈ ਜਿੱਥੇ ਤੱਕ ਤੁਸੀਂ ਜਿਹੜਾ ਸਵਾਲ ਕੀਤਾ ਸ਼ਾਹੀਨ ਬਾਗ ਦਾ, ਜਿਸ ਵੇਲੇ ਇਲੈਕਸ਼ਨ ਦਾ ਪ੍ਰੋਸੈਸ ਸ਼ੁਰੂ ਹੋਇਆ ਬੜਾ ਕਾਮ ਬੜਾ ਪੀਸਫੁਲ ਸੀਗਾ, ਲੇਕਿਨ ਸਲੋਲੀ ਗ੍ਰੈਜੂਅਲੀ ਜਿਹੜਾ ਬੀਜੇਪੀ ਨੇ ਇੱਕ ਹਾਈਪ ਕ੍ਰੀਏਟ ਕੀਤਾ, ਔਰ ਹਾਈਪ ਚਾਹੇ ਸ਼ਾਹੀਨ ਬਾਗ ਦੇ ਨਾਂ 'ਤੇ ਕ੍ਰੀਏਟ ਕੀਤਾ, ਚਾਹੇ ਉਹ ਗੋਲੀ ਮਾਰੋ 'ਤੇ ਕ੍ਰੀਏਟ ਕੀਤਾ, ਚਾਹੇ ਉਹ ਇਹ ਪਾਕਿਸਤਾਨ ਅਤੇ ਇੰਡੀਆ ਦੇ ਵਿੱਚ ਮੈਚ ਹੋਏਗਾ ਉਹਦੇ 'ਤੇ ਕ੍ਰੀਏਟ ਕੀਤਾ, ਯਾਨੀ ਕਿ ਇੱਕ ਡਿਵਿਜ਼ਿਵ ਜਿਹੜਾ ਹੈਗਾ, ਆਤੰਕਵਾਦੀ ਕਿਹਾ ਗਿਆ ਕੇਜਰੀਵਾਲ ਨੂੰ, ਉਹ ਜਿਹੜੀਆਂ ਚੀਜ਼ਾਂ ਹੈਗੀਆਂ ਉਹਨੂੰ ਲੋਕਾਂ ਨੇ ਬਹੁਤ ਹੀ ਮਤਲਬ ਹੈ ਉਹਦੇ ਨਾਲ ਕਾਇੰਡਲੀ ਨਹੀਂ ਲੈਤਾ ਹੈਗਾ। ਦਿੱਲੀ ਦੇ ਵਿੱਚ ਜਿਹੜਾ ਹੈਗਾ ਮੈਂ ਬੜੀ ਕਲੋਜ਼ਲੀ ਵਾਚ ਕਰਦਾ ਰਿਹਾ ਕੈਂਪੇਨਿੰਗ ਨੂੰ ਵੀ ਔਰ ਲੋਕਾਂ ਦੀ ਰਾਏ ਨੂੰ ਵੀ ਡਿਫਰੈਂਟ ਚੈਨਲਸ ਦੇ ਉੱਪਰ ਔਰ ਮੀਡੀਆ ਦੇ ਵਿੱਚ ਵੀ, ਲੋਕ ਬਿਲਕੁਲ ਕਲੀਅਰ ਹੈ ਇਸ ਚੀਜ਼ ਦੇ ਮਾਮਲੇ ਦੇ ਵਿੱਚ ਕਿ ਕੇਜਰੀਵਾਲ ਨੇ ਗਰਾਊਂਡ ਦੇ ਉੱਪਰ ਕੰਮ ਕੀਤਾ ਔਰ ਅਸੀਂ ਇੱਥੇ ਦਿੱਲੀ ਦੀ ਇਲੈਕਸ਼ਨ ਦੇ ਵਿੱਚ ਵੋਟ ਜਿਹੜਾ ਹੈਗਾ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਪਾਵਾਂਗੇ, ਲੇਕਿਨ ਇਹ ਸਾਡਾ ਫੈਸਲਾ ਲੋਕਲ ਹੈ,
ਜਿਹੜਾ ਨੈਸ਼ਨਲ ਲੈਵਲ ਦੇ ਮੁੱਦੇ ਹੋਣਗੇ, ਨੈਸ਼ਨਲ ਲੈਵਲ ਦਾ ਜਿਸ ਵੇਲੇ ਇਲੈਕਸ਼ਨ ਹੋਊਗਾ ਉਹ ਇੱਕ ਡਿਫਰੈਂਟ ਇਲੈਕਸ਼ਨ ਹੋਊਗਾ, ਜਿਵੇਂ ਮੈਨੇ ਕਿਹਾ ਹਰ ਇਲੈਕਸ਼ਨ ਡਿਫਰੈਂਟ ਹੁੰਦਾ। ਅੱਛਾ, ਜਿੱਥੇ ਤੱਕ ਸ਼ਾਹੀਨ ਬਾਗ ਦਾ ਸਵਾਲ ਹੈ, ਸ਼ਾਹੀਨ ਬਾਗ ਕੋਈ ਪੋਲੀਟੀਕਲੀ ਮੋਟੀਵੇਟਡ ਮੂਵਮੈਂਟ ਨਹੀਂ ਸੀਗੀ, ਬਸ ਇੰਪ੍ਰੋਮਪਚੂ ਅਚਾਨਕ ਲੋਕਾਂ ਨੇ ਇਕੱਠਾ ਹੋ ਕੇ ਇੱਕ ਧਰਨਾ ਕੀਤਾ, ਉਹਨੂੰ ਪੋਲੀਟੀਕਲ ਪਾਰਟੀਜ਼ ਨੇ ਹਾਈਜੈਕ ਕਰਨ ਦੀ ਕੋਸ਼ਿਸ਼ ਵੀ ਕੀਤੀ, ਕੁਛ ਪੋਲੀਟੀਸ਼ੀਅਨਸ ਆਏ ਵੀ, ਲੇਕਿਨ ਉਹਨਾਂ ਨੂੰ ਜਾਂ ਤਾਂ ਖਦੇੜ ਦਿੱਤਾ ਗਿਆ ਜਾਂ ਉਹਨਾਂ ਨੂੰ ਕਿਹਾ ਭਾਈ ਤੁਸੀਂ ਦੂਰ ਰਹੋ। ਸ਼ਾਹੀਨ ਬਾਗ ਜਿਹੜਾ ਹੈਗਾ ਉਹ ਇੱਕ ਬਿਲਕੁਲ ਹੀ ਡਿਫਰੈਂਟ ਮੁੱਦਾ, ਜਿਹੜਾ ਸ਼ਾਹੀਨ ਬਾਗ ਨੂੰ ਇਹ ਕਹਿਣਾ ਕਿ ਜੀ ਇਹ ਡਿਵਿਜ਼ਿਵ ਹੈ, ਤੁਸੀਂ ਜਾਂ ਸ਼ਾਹੀਨ ਬਾਗ ਨਾਲ ਹੋ ਜਾਂ ਇੰਡੀਆ ਨਾਲ ਹੋ ਵਗੈਰਾ ਵਗੈਰਾ, ਇਸ ਤਰ੍ਹਾਂ ਦੀ ਚੀਜ਼ ਨਹੀਂ ਹੈ। ਸ਼ਾਹੀਨ ਬਾਗ ਇੱਕ ਬਹੁਤ ਹੀ ਇੰਪੋਰਟੈਂਟ ਕੌਜ਼ ਨੂੰ ਲੈ ਕੇ ਚੱਲ ਰਿਹਾ। ਨਹੀਂ ਤੁਸੀਂ ਉਹ ਕੌਜ਼, ਆਪਾਂ ਥੋੜ੍ਹਾ ਇੱਕ ਲਾਈਨ ਡਰਾ ਕਰੀਏ ਜੀ, ਸ਼ਾਹੀਨ ਬਾਗ ਹੈ ਇਲੈਕਸ਼ਨ ਤੱਕ ਮੁੱਦਾ ਨਹੀਂ ਹੈ। ਨਹੀਂ ਜੀ, ਦੇਖੋ ਸ਼ਾਹੀਨ ਬਾਗ ਮੈਂ ਸਮਝਦਾ ਇਲੈਕਸ਼ਨ ਕੇ ਬਾਅਦ ਵੀ ਚੱਲਦਾ ਰਹੂਗਾ, ਚੱਲਦਾ ਰਹੂਗਾ। ਹਾਂ, ਹੁਣ ਤੁਸੀਂ ਅੱਗੇ ਵਧੋ। ਅੱਛਾ, ਦੂਸਰੀ ਜਿਹੜੀ ਮੈਂ ਗੱਲ ਕਹਿ ਰਿਹਾ, ਜਿਹੜੀ ਜਿੱਥੇ ਮੈਂ ਐਂਡ ਕੀਤਾ ਸੀਗਾ, ਸ਼ਾਹੀਨ ਬਾਗ ਜਿਹੜਾ ਹੈਗਾ ਉਹ ਇੱਕ ਕੌਜ਼ ਹੈ। ਉਹ ਕੌਜ਼ ਕੀ ਹੈ? ਉਹ ਕੌਜ਼ ਇਹ ਹੈਗਾ ਕਿ CAA ਜਿਹੜਾ ਹੈਗਾ ਕਿਆ ਉਹ ਕਾਂਸਟੀਟਿਊਸ਼ਨ ਦੇ ਮੁਤਾਬਿਕ ਹੈ ਜਾਂ ਨਹੀਂ ਹੈ। ਲੋਕਾਂ ਦੀ ਰਾਏ ਹੈ ਵੀ ਕਾਂਸਟੀਟਿਊਸ਼ਨ ਦੇ ਮੁਤਾਬਿਕ ਨਹੀਂ ਹੈ, ਇਹ ਸਾਡੇ ਸੰਵਿਧਾਨ ਜਿਹੜਾ ਹੈਗਾ, ਸੰਵਿਧਾਨ ਦੀ ਜਿਹੜੀ ਮਰਿਆਦਾ ਹੈ, ਬੇਸਿਕ ਸਟਰਕਚਰ ਹੈ, ਉਹਦੇ ਅਗੇਂਸਟ ਹੈ। ਇਸ ਕਰਕੇ ਅਸੀਂ ਉਹਦੀ ਵਿਰੋਧਤਾ ਕਰਦੇ ਹਾਂ, ਕਿਉਂਕਿ ਅਗਰ ਇਸ ਚੀਜ਼ ਨੂੰ ਐਕਸੈਪਟ ਕਰ ਲਿੱਤਾ ਜਾਂਦਾ ਸਾਡੀ ਪੋਲਿਟੀ ਦੇ ਵਿੱਚ ਲੋਕਾਂ ਦੁਆਰਾ, ਇਹ ਗੱਲ ਇੱਥੇ ਨਹੀਂ ਰੁਕਣ ਵਾਲੀ, ਇਹ ਤੋਂ ਅੱਗੇ ਚੱਲੇਗੀ, ਜਿਹੜੀ ਕਿ ਹੋਰ ਵੀ ਜ਼ਿਆਦਾ ਘਾਤਕ ਹੋਊਗੀ। ਇਸ ਕਰਕੇ CAA ਦੇ ਅਗੇਂਸਟ ਉੱਥੇ ਦੇ ਲੋਕਾਂ ਦਾ, ਔਰ ਲੋਕ ਵੀ ਜਿਹੜੇ ਹੈਗੇ ਆ ਹਰ ਕਮਿਊਨਿਟੀ ਦੇ ਆ, ਹਰ ਇਲਾਕੇ ਦੇ ਆ, ਦਿੱਲੀ ਤੋਂ ਆਉਂਦੇ, ਦੂਰ ਦੂਰ ਤੋਂ ਆ ਕੇ ਉੱਥੇ 6-6 ਘੰਟੇ 8-8 ਘੰਟੇ ਡਿਊਟੀਆਂ ਦਿੰਦੇ ਆ, ਲੇਡੀਜ਼ ਆਉਂਦੀਆਂ, ਔਰ ਜਿਸ ਤਰੀਕੇ ਦੇ ਨਾਲ ਉਹਨੂੰ ਸੈਬੋਟਾਜ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਵੇਂ ਹੁਣ ਪਰਸੋਂ ਵੀ ਇੱਕ ਬੁਰਕੇ ਦੇ ਵਿੱਚ ਲੇਡੀ ਫੜੀ ਗਈ, ਇੰਟਰਵਿਊ ਲੈਂਦੀ ਵਗੈਰਾ, ਜਾਂ ਪ੍ਰੋ ਪਾਕਿਸਤਾਨ ਨਾਅਰੇ ਲਾਉਂਦੀ, ਹਾਲਾਂਕਿ ਉਹਦਾ ਸ਼ਾਹੀਨ ਬਾਗ ਦਾ ਪਾਰਟ ਨਹੀਂ ਸੀਗੀ, ਉਹਦੇ ਪ੍ਰੋਟੈਸਟ ਦਾ। ਇਸ ਤਰ੍ਹਾਂ ਦੀਆਂ ਚੀਜ਼ਾਂ ਹੋਈਆਂ, ਲੇਕਿਨ ਸ਼ਾਹੀਨ ਬਾਗ ਉਹ ਕੌਜ਼ ਹੈ, ਉਹਦਾ ਇਲੈਕਸ਼ਨ ਦੇ ਨਾਲ ਥੋੜ੍ਹਾ ਬਹੁਤਾ ਲੈਣਾ ਦੇਣਾ ਤਾਂ ਹੋ ਸਕਦਾ, ਕਿਵੇਂ ਲੋਕ ਉਹਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕਰਨ ਪੋਲੀਟੀਕਲ ਪਾਰਟੀਜ਼, ਲੇਕਿਨ ਉਹ ਅੱਗੇ ਚੱਲਦਾ ਰਹੇਗਾ, ਚੱਲਦਾ ਰਹੂਗਾ। ਸੋਨਾਰੀ ਸਾਹਿਬ ਜੀ, ਸ਼ਾਹੀਨ ਬਾਗ ਦਾ ਇਲੈਕਸ਼ਨ ਨਾਲ ਲੈਣਾ ਦੇਣਾ ਹੈਗਾ? ਦੇਖੀਏ KP ਜੀ, ਮੈਂ ਬੜੇ ਧਿਆਨ ਨਾਲ ਸੁਣ ਰਿਹਾ ਸੀ, ਖਾਲਿਦ ਸਾਹਿਬ ਬਿਲਕੁਲ ਇਹ ਕਿਸੇ ਪੋਲੀਟੀਕਲ ਪਾਰਟੀ ਦੇ ਨਹੀਂ ਨੇ, ਉਹ ਕਹਿੰਦੇ ਸ਼ਾਹੀਨ ਬਾਗ ਇੱਕ ਮੁੱਦਾ ਹੈ। ਮੈਂ ਪੁੱਛਣਾ ਚਾਹੁੰਦਾ ਹਾਂ, ਚਲੋ ਇਸ ਐਕਸਪਰਟ ਨੇ ਤੇ ਕੱਲ 176 ਮਿੰਟ ਦੇ ਟਾਈਮ ਦੇ ਵਿੱਚ ਮਾਨਨੀਯ ਪ੍ਰਧਾਨ ਮੰਤਰੀ, ਭਾਰਤ ਵਰਸ ਦੇ ਪ੍ਰਧਾਨ ਮੰਤਰੀ ਮੋਦੀ ਜੀ ਨੇ ਦੋਨੋਂ ਹਾਊਸਿਸ ਮੇ ਜੋ ਦੱਸਿਆ 176 ਮਿੰਟ, ਜੇ ਉਹਦੇ ਬਾਅਦ ਵੀ ਖਾਲਿਦ ਸਾਹਿਬ ਕਹਿੰਦੇ ਕਿ ਇਹ ਮੁੱਦਾ ਹੈ, ਬੜਾ ਮੰਦਭਾਗੀ ਗੱਲ ਹੈ। ਕੀ ਤੁਸੀਂ, ਮੈਂ ਹੁਣ ਭੁੱਲ ਜਾਈਏ ਕਿ BJP ਦੀ ਗੱਲ ਕਰ, ਮੈਂ ਉਹਦੇ ਅੱਜ ਨਹੀਂ ਆਉਣਾ, ਕਿ ਜਵਾਹਰ ਲਾਲ ਨਹਿਰੂ ਜੀ ਨੇ ਜੋ ਪਹਿਲੀ ਵਾਰ ਚਿੱਠੀ ਲਿਖੀ ਸੀ ਉਹ ਆਸਾਮ ਦੇ ਮੁੱਖ ਮੰਤਰੀ ਨੂੰ, ਜੀ ਜੀ, ਉਹ ਵੀ ਮੁੱਦਾ। ਮੋਦੀ ਸਾਹਿਬ ਦਾ ਭਾਸ਼ਣ ਸਾਰਾ ਸੁਣਿਆ ਮੈਂ ਜੀ ਜੀ, ਜਿਹੜਾ ਲੋਕ ਸਭਾ ਚ ਬੋਲਿਆ, ਰਾਜ ਸਭਾ ਚ ਬੋਲਿਆ, ਦੋਨੋਂ ਸੁਣਿਆ। ਮੇਰਾ ਸਵਾਲ ਬੜਾ ਤੁਹਾਨੂੰ ਸਧਾਰਨ ਹੈ ਕਿ ਸ਼ਾਹੀਨ ਬਾਗ ਤੁਹਾਡੇ ਲਈ ਇਲੈਕਸ਼ਨ ਮੁੱਦਾ ਹੈ ਜਾਂ ਨਹੀਂ? ਦੇਖੀਏ, ਸ਼ਾਹੀਨ ਬਾਗ ਵਿੱਚ ਜੋ ਕੁਛ ਹੋ ਰਿਹਾ ਹੈ, ਮੈਂ ਪੁੱਛਣਾ ਚਾਹੁੰਦਾ ਹਾਂ, ਚਲੋ ਖਾਲਿਦ ਸਾਹਿਬ ਤੋਂ ਨਹੀਂ ਪੁੱਛਣਾ ਚਾਹੁੰਦਾ, ਕਿਹੜਾ ਵੀ ਮੁੱਖ ਮੰਤਰੀ ਹੈ ਉਹਦੀ ਅਸੈਂਬਲੀ ਜਿਹੜੀ ਪਾਸ ਕਰ ਦਿੰਦੀ ਹੈ ਇਹ ਜਿਹੜੀ ਅਰਾਜਕਤਾ ਫੈਲਾਈ ਜਾ ਰਹੀ ਹੈ ਸ਼ਾਹੀਨ ਬਾਗ ਦੇ ਦੁਆਰਾ, ਉਹ ਦਿੱਲੀ ਦੀ ਜਨਤਾ, ਸ਼ਾਹੀਨ ਬਾਗ ਦੇ ਪਿੱਛੇ ਕਾਂਗਰਸ ਹੈ, ਆਮ ਆਦਮੀ ਪਾਰਟੀ ਹੈ ਜਾਂ ਆਮ ਜਨਤਾ? ਉਸਮੇ ਕੋਈ ਦੋ ਰਾਏ ਨਹੀਂ, ਆਮ ਜਨਤਾ ਨਹੀਂ, ਆਮ ਉਹ ਤਾਂ ਤੁਹਾਡੇ ਚੈਨਲ 'ਤੇ, ਆਪ ਜੀ ਦੇ ਚੈਨਲ, ਬੋਰੇ ਚੈਨਲ 'ਤੇ ਕਹਿਤਾ, ਉਹਨਾਂ ਨੂੰ ਤਾਂ ਇਹੀ ਨਹੀਂ ਪਤਾ। ਮੈਂ ਪੁੱਛਣਾ ਚਾਹੁੰਦਾ ਸਿੰਘਾੜਾ ਸਾਹਿਬ ਜੀ ਨੂੰ ਕਿ ਹੁਣ ਦੱਸੋ ਕਿ ਇਹਨਾਂ ਦੇ ਮੁੱਖ ਮੰਤਰੀ ਨੂੰ ਪੁੱਛਿਆ, ਤੁਸੀਂ ਉਹਨੂੰ ਸਪੋਰਟ ਕਰ ਰਹੇ ਹੋ ਕਿ ਤੁਸੀਂ ਅਪੋਜ ਕਰ ਰਹੇ ਹੋ? ਕੋਈ ਦਵਾ ਉਹਨੂੰ ਜਵਾਬ ਨਹੀਂ ਦਿੱਤਾ ਕਿ ਅਰਵਿੰਦ ਕੇਜਰੀਵਾਲ ਉਹਨੂੰ ਸਪੋਰਟ ਕਰਦੇ। ਸਿੰਘਾੜਾ ਸਾਹਿਬ, ਤੁਸੀਂ ਸ਼ਾਹੀਨ ਬਾਗ ਦੇ ਮੁੱਦੇ 'ਤੇ ਆਪਦੇ ਆਪ ਨੂੰ ਇੱਕ ਡਿਫਰੈਂਟ ਲਾਈਨ 'ਤੇ ਕਿਉਂ ਖੜਾ ਰੱਖਣਾ ਚਾਹੁੰਦੇ ਹੋ? ਅਸੀਂ ਜਿਹੜਾ ਫਿਰਕੂ ਨਫ਼ਰਤ ਦਾ ਜ਼ਹਿਰ BJP ਸਾਰੇ ਮੁਲਕ ਦੇ ਵਿੱਚ ਘੋਲ ਰਹੀ ਹੈ ਅਤੇ ਦਿੱਲੀ ਇਲੈਕਸ਼ਨ ਨੂੰ ਮੋਹਰਾ ਬਣਾ ਕੇ ਇੱਥੇ ਵੀ ਉਸ ਜ਼ਹਿਰ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਇੱਕ ਦੂਜੇ ਨਾਲ ਲੜਾ ਕੇ ਇੱਕ ਵੋਟ ਬੈਂਕ ਆਪਣਾ ਤਿਆਰ ਕਰਨਾ ਚਾਹੁੰਦੀ ਹੈ, ਅਸੀਂ ਇਹਨਾਂ ਦੇ ਜਾਲ 'ਚ ਨਹੀਂ ਫਸਣਾ ਚਾਹੁੰਦੇ। ਸ਼ਾਹੀਨ ਬਾਗ ਦੇ ਨਾਲ ਤੁਸੀਂ ਸਟੈਂਡ ਕਰਦੇ ਹੋ? ਦੇਖੋ ਗੱਲ ਸੁਣੋ, ਅਸੀਂ ਕਿਉਂਕਿ ਇਹਦਾ ਜਵਾਬ ਕੇਜਰੀਵਾਲ ਸਾਹਿਬ ਵੀ ਸਪਸ਼ਟ ਸ਼ਬਦਾਂ ਵਿੱਚ ਨਹੀਂ ਦਿੰਦੇ, ਮੈਂ ਉਹੀ ਕਹਿੰਦਾ, ਮਨੀਸ਼ ਸੋਦੀਆ ਨੇ ਕੋਈ ਹੋਰ ਸਟੇਟਮੈਂਟ ਦਿੱਤੀ, ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਕੋਈ ਹੋਰ ਸਟੇਟਮੈਂਟ ਨਹੀਂ ਦਿੱਤੀ। ਇਸ ਗੱਲ ਦਾ ਜਵਾਬ ਪ੍ਰੋਫੈਸਰ ਖਾਲਿਦ ਹੋਣਾ ਨੇ ਇੰਨਾ ਸਪਸ਼ਟ ਤੌਰ ਤੇ ਦੇ ਦਿੱਤਾ, ਆਮ ਆਦਮੀ ਪਾਰਟੀ ਸਟੈਂਡ ਕਰਦੀ ਕਿ ਸ਼ਾਹੀਨ ਬਾਗ ਦਾ 15 ਮਿੰਟ ਉਹਦੇ ਤੇ ਲੱਗ ਜਾਣਗੇ? ਨਹੀਂ ਨਹੀਂ, ਇੱਕ ਮਿੰਟ ਆਮ ਇੱਕ ਮਿੰਟ ਸੁਣਾਰੇ ਸਾਹਿਬ, ਇੱਕ ਮਿੰਟ, ਆਮ ਆਦਮੀ ਪਾਰਟੀ ਸਟੈਂਡ ਕਰਦੀ ਹੈ ਸ਼ਾਹੀਨ ਬਾਗ ਦੇ ਨਾਲ? ਦੇਖੋ, ਅਸੀਂ ਧਰਮ ਦੇ ਨਾਂ ਤੇ ਮੈਂ ਤਾਂ ਕਈ ਚੈਨਲ ਤੇ ਤੁਹਾਡੇ ਵੀ ਹੁਣ ਫਿਰ ਕਹਿ ਦਿੰਦਾ ਕਿ ਭਾਰਤ ਦਾ ਸੰਵਿਧਾਨ ਜਿਹੜਾ ਬਾਬਾ ਸਾਹਿਬ ਅੰਬੇਦਕਰ ਜੀ ਨੇ ਬਣਾਇਆ ਆ,
ਉਹਦੇ ਵਿੱਚ ਕੋਈ ਵੀ ਉਹਦੇ ਅਨੁਸਾਰ ਕੋਈ ਵੀ ਕਾਨੂੰਨ ਜਾਤ ਪਾਤ ਦੇ ਨਾਂ ਤੇ ਜਾਂ ਧਰਮ ਦੇ ਨਾਂ ਤੇ ਨਹੀਂ ਬਣ ਸਕਦਾ। ਜਿਹੜਾ ਇਹਨਾਂ ਦਾ ਇਹ CAA ਜੋ ਕੁਛ ਵੀ ਕੀਤਾ ਆ ਇਹਦੇ ਵਿੱਚ, ਜਿੱਦਾਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਅੰਦਰ ਵੋਟ ਪਾਇਆ ਹੱਕ 'ਚ, ਬਾਹਰ ਕਹਿੰਦਾ ਜੀ ਮੁਸਲਮਾਨਾਂ ਨੂੰ ਵੀ ਸ਼ਾਮਿਲ ਕਰੋ, ਜਦੋਂ ਅਸੀਂ ਕਹਿਣ ਲੱਗ ਗਏ ਹਿੰਦੂ ਨੂੰ ਸ਼ਾਮਿਲ ਕਰ ਦਿਓ, ਮੁਸਲਮਾਨ ਨੂੰ ਸ਼ਾਮਿਲ ਕਰ ਦਿਓ ਜਾਂ ਕਿਸੇ ਨੂੰ, ਇਹ ਦੈਟ ਇਜ਼ ਐਂਟੀ ਵਿਧਾਨ, ਸਾਡਾ ਸੰਵਿਧਾਨ ਜਿਹੜਾ ਆ ਕੰਸਟੀਟਿਊਸ਼ਨ ਦੇ ਅਗੇਂਸਟ ਇਹ ਚੀਜ਼। ਪਰ ਚੋਣਾਂ ਦੇ ਵਿੱਚ ਸਾਡਾ ਇਹ ਜਿਹੜਾ ਇਹ ਮੁੱਦਾ ਨਹੀਂ, ਚੋਣਾਂ ਜਿਹੜੀਆਂ ਸਥਾਨਕ ਚੋਣਾਂ ਦਿੱਲੀ ਦੀਆਂ, ਅਸੀਂ ਮਹਿਲਾਵਾਂ ਨੂੰ ਮੁਫ਼ਤ ਸਫ਼ਰ ਦੀ ਸਹੂਲਤ ਦਿੱਤੀ ਆ, ਉਹਨਾਂ ਦੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਆ, ਤੀਰਥ ਯਾਤਰਾ ਲਈ ਪੈਸੇ ਨਹੀਂ ਨਹੀਂ ਵਨ ਬਾਈ ਵਨ ਕਰ ਰਹੇ ਅਸੀਂ, ਬਿਜਲੀ ਪਾਣੀ ਤਾਂ ਪਹਿਲੇ ਦਿਨ ਤੋਂ ਹੀ ਨਾ, ਬਿਜਲੀ ਪਾਣੀ ਤਾਂ ਪਹਿਲੇ ਦਿਨ ਤੋਂ ਹੀ ਆ ਨਾ, ਠੀਕ ਹੈ ਨਾ, ਅਸੀਂ ਜਿਹੜੇ ਕੰਮ ਕੀਤੇ ਆ। ਇੱਕ ਲਾਈਨ ਮੈਨੂੰ ਕਹਿ ਲੈਂਦੇ ਹੋ, ਦੇਖੋ ਬੀਜੇਪੀ ਕਹਿ ਰਹੀ ਹੈ ਗੋਲੀ ਮਾਰੋ ਸਾਲੋਂ ਕੋ, ਅਰਵਿੰਦ ਕੇਜਰੀਵਾਲ ਕਹਿ ਰਿਹਾ ਮੈਂ ਸਕੂਲ ਬਣਾਏ, ਮੈਂ ਹਸਪਤਾਲ ਬਣਾਏ, ਹੋਰ ਬਣਾਊਂਗਾ, ਤੁਸੀਂ ਦੇਖੋ ਫਰਕ ਦੇਖੋ, ਇੱਕ ਪਾਰਟੀ ਦਾ ਵਿੱਚ ਬੋਲ ਰਿਹਾ, ਮੈਨੂੰ ਗੱਲ ਨਹੀਂ ਕਰਨੀ, ਇੱਕ ਪਾਰਟੀ ਆ ਗਿਆ, ਸੰਗੜਾ ਸਾਹਿਬ ਆ ਗਿਆ ਆਰਗੂਮੈਂਟ, ਹਰਦੀਪ ਸਿੰਘ ਗੰਗਰਾ, ਕਾਂਗਰਸ ਦੀ ਸਥਿਤੀ ਸਾਰਿਆਂ ਨੂੰ ਪਤਾ ਹੈ ਇਸ ਵਕਤ ਜੋ ਹੈਗੀ ਹੈ ਪੂਰੇ ਦੇਸ਼ ਭਰ ਵਿੱਚ, ਮੈਂ ਇਕੱਲੇ ਦਿੱਲੀ ਦਾ ਜ਼ਿਕਰ ਨਹੀਂ ਕਰ ਰਿਹਾ, ਰਾਹੁਲ ਗਾਂਧੀ ਨੂੰ ਕੀ ਇਹੋ ਜਿਹੀ ਸਟੇਟਮੈਂਟ ਦੇਣੀ ਚਾਹੀਦੀ ਸੀ ਪ੍ਰਧਾਨ ਮੰਤਰੀ ਸਾਹਿਬ ਬਾਰੇ, ਜੋ ਰਾਹੁਲ ਗਾਂਧੀ ਨੇ ਸਟੇਟਮੈਂਟ ਦਿੱਤੀ ਹੈ? ਕੀ ਸਟੇਟਮੈਂਟ ਸੀ? ਡੰਡਾ ਮਾਰ, ਪਤਾ ਹੀ ਨਹੀਂ ਨਾ, ਨਹੀਂ ਨਹੀਂ, ਰਾਹੁਲ ਗਾਂਧੀ ਨੇ ਕਿਹਾ ਸੀ ਡੰਡਾ ਮਾਰਨਗੇ ਮੋਦੀ, 6 ਮਹੀਨੇ ਬਾਅਦ ਡੰਡਾ ਮਾਰੋ, ਬਾਅਦ ਚ ਮੋਦੀ ਸਾਹਿਬ ਕਹਿੰਦੇ ਮੈਂ ਸੂਰਿਆ ਨਮਸਕਾਰ ਵਧਾ ਦੂੰਗਾ। ਜਦੋਂ ਵੀ ਰਾਸ਼ਟਰਪਤੀ ਦੇ ਭਾਸ਼ਣ ਦੇ ਉੱਤੇ ਬਹਿਸ ਹੁੰਦੀ ਹੈ ਉਹ ਕੰਸਟੀਟਿਊਸ਼ਨਲ ਰਿਕੁਆਇਰਮੈਂਟ ਹੈ, ਕਿਉਂਕਿ ਰਾਸ਼ਟਰਪਤੀ ਦਾ ਭਾਸ਼ਣ ਜਦੋਂ ਮੈਂ ਅਫਸਰ ਸੀ ਮੈਂ ਵੀ ਉਹਦੇ ਕੰਟੈਂਟ ਲਿਖ ਕੇ ਭੇਜਦਾ ਰਿਹਾ, ਰਾਸ਼ਟਰਪਤੀ ਦਾ ਭਾਸ਼ਣ ਸਾਰੀਆਂ ਮੰਤਰਾਲਿਆਂ 'ਚੋਂ ਆਉਂਦਾ ਹੈ, ਉਹ ਭਾਸ਼ਣ ਸਰਕਾਰ ਦਾ ਹੁੰਦਾ ਹੈ, ਰਾਸ਼ਟਰਪਤੀ ਦਾ ਨਹੀਂ ਹੁੰਦਾ, ਰਾਸ਼ਟਰਪਤੀ ਸਾਹਿਬ ਬੋਲਦੇ ਜ਼ਰੂਰ ਆ ਉਹਨੂੰ, ਪਰ ਕੈਬਨਿਟ ਤੋਂ ਅਪਰੂਵ ਹੋਇਆ ਹੁੰਦਾ ਉਹ। ਸੋ ਉਹ ਭਾਸ਼ਣ ਜਿਹੜਾ ਉਹਦੇ ਉੱਤੇ ਇੱਕ ਸੰਵਿਧਾਨਕ ਜ਼ਿੰਮੇਵਾਰੀ ਹੁੰਦੀ ਹੈ ਪ੍ਰਧਾਨ ਮੰਤਰੀ ਦੀ ਕਮੈਂਟ ਕਰਨਾ, ਲੇਕਿਨ ਬੜੇ ਦੁੱਖ ਦੀ ਗੱਲ ਹੈ ਕਿ 176 ਮਿੰਟ ਭਾਰਤ ਦੇ ਪ੍ਰਧਾਨ ਮੰਤਰੀ ਨੇ ਸਿਰਫ ਤੇ ਸਿਰਫ ਸਿਆਸੀ ਸਪੀਚ ਦਿੱਤੀ ਹੈ, ਕੰਸਟੀਟਿਊਸ਼ਨਲ ਫੁਲਫਿਲਮੈਂਟ ਨਹੀਂ, ਤੁਸੀਂ ਰਾਹੁਲ ਗਾਂਧੀ ਦੀ ਸਟੇਟਮੈਂਟ ਉਹਦੇ ਨਾਲ ਖੜਦੇ ਹੋ ਜੋ ਰਾਹੁਲ ਗਾਂਧੀ ਦੀ ਸਟੇਟਮੈਂਟ ਦਿੱਤੀ ਹੈ, ਦੂਜੀ ਗੱਲ ਜਿਹੜੀ ਨਹੀਂ, ਦੂਜੀ ਗੱਲ ਰਾਹੁਲ ਗਾਂਧੀ ਦੀ ਸਟੇਟਮੈਂਟ ਦੇ ਨਾਲ ਖੜਦੇ ਹੋ, ਉਹ ਯਾਰ ਜੋ ਨਾ ਡੰਡਾ ਮਾਰਨ ਵਾਲੀ ਗੱਲ ਕੀਤੀ, ਦੇਖੋ ਇਸ ਤਰ੍ਹਾਂ, ਕਿਉਂਕਿ ਜੇ ਇਹ ਇਹੋ ਜਿਹੇ ਭਾਸ਼ਣ ਦੇ ਰਹੇ ਆ ਤੁਹਾਡੇ ਲੀਡਰ ਵੀ ਦੇ ਰਹੇ ਆ, ਨਹੀਂ ਨਹੀਂ ਮੈਨੂੰ ਉਹ ਸਟੇਟਮੈਂਟ ਜੇ ਮੈਂ ਦੇਖੋ ਮੈਂ ਸੁਣੀ ਹੁੰਦੀ ਤਾਂ ਮੈਂ ਜ਼ਰੂਰ ਦਿੰਦਾ, ਮੈਂ ਸੁਣਾ ਦਿਓ ਉਹਨਾਂ ਨੂੰ, ਸੁਣਾ ਦਿਓ ਸੁਣੋ, ਨਹੀਂ ਜਵਾਬ ਦੇਣਾ ਚਾਹੁੰਦੇ ਨਾ, ਮੈਨੂੰ ਪੂਰੀ ਗੱਲ ਕਰ ਲੈਣ ਦਿਓ, ਅੱਜ ਇਹ ਹੋਈ ਸਦਾ ਨਾ ਉਹਨਾਂ ਨੇ ਸੁਣੀ ਹੋਵੇ, ਅੱਜ ਤੜਕੇ ਕਰਪਸ਼ਨ ਦੀ ਗੱਲ ਕੀਤੀ ਹੈ ਮੇਰੇ ਮਿੱਤਰ ਸੰਘੇੜਾ ਸਾਹਿਬ ਨੇ, ਮੈਂ ਬਹੁਤ ਖੁਸ਼ ਹਾਂ ਕਿ ਕਰਪਸ਼ਨ ਚਾਹੁੰਦੇ ਆ ਕਿ ਭਾਰਤ 'ਚੋਂ ਨਿਕਲ ਜੇ, ਪਰ ਅੱਜ ਸਵੇਰੇ ਤੜਕੇ 2 ਲੱਖ ਦੀ ਰਿਸ਼ਵਤ ਲੈਂਦਾ ਹੋਇਆ ਮਨੀਸ਼ ਸਿਸੋਦੀਆ ਦਾ OSD ਫੜਿਆ ਗਿਆ, ਅਰੈਸਟ ਹੋ ਗਿਆ, ਤੇ ਮਨੀਸ਼ ਸਿਸੋਦੀਆ ਜੀ ਨੇ ਆਖਿਆ ਕਿ ਮੈਂ ਇਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਉਹ ਭਾਈ ਜਿਹੜਾ ਬੰਦਾ ਤੁਹਾਡੇ ਘਰ ਦੇ ਵਿੱਚ ਪਹਿਲਾਂ ਪੀੜ੍ਹੀ ਹੇਠਾਂ ਸੋਟਾ ਮਾਰੋ, ਤੁਹਾਡੇ ਘਰ ਦੇ ਵਿੱਚ ਹਨੇਰਾ ਹੈ, ਤੁਹਾਡੇ ਘਰ ਦੇ ਵਿੱਚ ਤੁਹਾਡਾ OSD 2 ਲੱਖ ਰੁਪਇਆ ਲੈਂਦਾ, ਇੱਕ ਕਿਸ ਰਿਸ਼ਵਤ ਫੜਿਆ ਗਿਆ, ਕਾਂਗਰਸ ਨੂੰ ਕੋਈ ਪੋਲੀਟੀਕਲ ਕਨਸਪੀਰੇਸੀ ਤਾਂ ਨਹੀਂ ਮੰਨਦੀ? ਨਹੀਂ ਜੀ, ਉਹ ਨਾ ਮਨੀਸ਼ੋ ਦੇ ਨਾਮ ਮੰਨਿਆ ਕਿ ਇਹਨੂੰ ਸਜ਼ਾ ਦਿਓ, ਇਹ ਕਰਪਟ ਹੈ, ਮਾਂ ਮਨੀਸ਼ ਸੋਦੀਆ ਨੇ ਕਿਹਾ, ਨਾਲ ਦੀਆਂ ਸਟੇਟਮੈਂਟ ਆਈ ਮਨੀਸ਼ ਸੋਦੀਆ, ਹਾਂ ਮੰਨ ਲਿਆ ਉਹਨੇ, ਤੁਹਾਡੇ ਵਾਂਗੂ ਭਾਰਤੀ ਜਨਤਾ ਪਾਰਟੀ ਦੇ CBI ਦੇ ਇੰਨੇ ਛਾਪੇ ਮਰਵਾਏ, ਉਹਨਾਂ ਦੇ ਦਫ਼ਤਰ ਛਾਪੇ ਮਰ ਨਿਕਲਿਆ ਕੁਛ, ਤੁਹਾਨੂੰ ਪੋਲੀਟੀਕਲ ਕਨਸਪੀਰੇਸੀ ਤਾਂ ਲੱਗਦੀ ਹੈ? ਮੈਂ ਬਹੁਤ ਸੰਗੀਨ ਮਾਮਲਾ ਹੈ, ਮੈਂ ਇਹਦੇ ਬਾਰੇ ਕੁਛ ਨਹੀਂ ਕਹਿ ਸਕਦਾ, ਮੈਨੂੰ ਇਹਦੀ ਬੇਸਿਕ ਜਾਣਕਾਰੀ ਨਹੀਂ ਹੈ, ਬਾਕੀ ਜੇ ਕਿਤੇ ਵੀ ਕੋਈ ਬੰਦਾ ਗਲਤ ਕੰਮ ਕਰਦਾ ਹੈ 2 ਲੱਖ ਦੀ ਤਾਂ ਅਸੀਂ ਇਹਦੀ ਹੈਲਪ ਨਹੀਂ ਕਰਦੇ। ਠੀਕ ਹੈ, ਅੱਛਾ ਦੂਜੀ ਗੱਲ ਮੈਂ ਦੱਸਦਾ ਤੁਹਾਨੂੰ, ਜਿਹੜੀ ਤੁਸੀਂ ਸ਼ਹੀਨ ਬਾਗ ਦੀ ਗੱਲ ਕਰਦੇ ਹੋ, CAA ਦੀ ਗੱਲ ਕਰਦੇ ਹੋ, ਦੇਖੋ ਇਹ ਕੀ ਹੁੰਦਾ ਹੈ, ਕੋਠੇ ਤੋਂ ਡਿੱਗ ਪਈ ਹੁਣ ਕੰਨ ਵੀ ਬਿੰਨ ਦਿਓ, ਰੋਈ ਤਾਂ ਜਾਂਦੀ ਹੈ, ਇਹ ਕਸ਼ਮੀਰ ਦੇ ਮੁੱਦੇ ਤੇ ਦੇਵਰ ਕਾਟ ਔਨ ਏ ਰੋਂਗ ਫੁਟਿੰਗ, ਇਹਨਾਂ ਨੇ ਕਿਹਾ ਇੱਕ ਮੁੱਦਾ ਬਦਲ ਦਈਏ, ਦਵਾ ਐਡੀ ਕਿਹੜੀ ਅੱਗ ਲੱਗੀ ਸੀ, ਕਾਲੀ ਸੀਗੀ ਐਡੀ ਕਿਹੜੀ, ਕਿੰਨੇ ਕੁ ਬੰਦੇ ਤੁਹਾਡੇ ਕੋਲੇ 500-710 ਹਜ਼ਾਰ ਬੰਦਾ ਜਿਹੜਾ ਅਸਾਈਲਮ ਲੈਣ ਵਾਸਤੇ ਬੈਠਾ ਸੀਗਾ, ਇਹਦੇ ਵਾਸਤੇ ਤੁਸੀਂ ਦਵਾ ਦਾਓ CAA ਕੀਤਾ? ਸ਼ਹੀਨ ਬਾਗ ਬੀਜੇਪੀ ਨੇ ਖੜਾ ਕੀਤਾ? ਨਹੀਂ ਮੈਂ CAA ਦੀ ਗੱਲ ਕਰਦਾ, ਮੈਂ CAA ਦੀ ਗੱਲ, CAA ਸੀਗਾ ਵੀ ਕੋਠੇ ਤੋਂ ਡਿੱਗ ਪਈ ਹੁਣ ਰੋਈ ਤਾਂ ਜਾਂਦੀ ਹੈ, ਜਵਾਹਰ ਲਾਲ ਨਹਿਰੂ ਨੇ ਨਹੀਂ ਕਿਹਾ ਸੀ ਇਹਦੇ ਬਾਰੇ, CAA ਦੇ ਬਾਰੇ ਤੇ ਤੁਸੀਂ ਦੇਖੋ ਨਾ ਨਾ ਦੇਖੋ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਇੱਕ ਹੋਰ ਛੋਟਾ ਬ੍ਰੇਕ ਲਵਾਂਗੇ, ਦਿੱਲੀ ਜਿੱਤਣ ਲਈ ਸਿਆਸਤ ਕਿਹੜੀਆਂ ਚਾਲਾਂ ਚੱਲ ਰਹੀ ਹੈਗੀ ਆ ਉਹ ਸਭ ਤੇ ਡਿਬੇਟ ਹੋ ਰਹੀ ਹੈ, ਪਰ ਸਵਾਲ ਇਹ ਹੈਗਾ ਦਿੱਲੀ ਦੀ ਜਨਤਾ ਜਿਹੜੀ ਉਹ ਵੋਟ ਫੀਸਦ ਕਿਹਨੂੰ ਕਿੰਨਾ ਦੇ ਰਹੀ ਹੈ, ਪਿਛਲੇ ਸਮੇਂ ਦੇ ਰਿਕਾਰਡ ਹੈ ਜਿਹੜੇ ਉਹ ਸਾਨੂੰ ਦੱਸ ਰਹੇ ਹੈ, ਉਸ ਦੇ ਬਾਵਜੂਦ ਸ਼ਹੀਨ ਬਾਗ ਜਾਂ ਹੋਰ ਮੁੱਦੇ ਹਿੰਦੂ ਮੁਸਲਮਾਨ ਵਾਲੀ ਸਿਆਸਤ ਖੜੀ ਕਰਨ ਦੀ ਲੋੜ ਕੀ ਪੈ ਗਈ ਸੀ ਦਿੱਲੀ ਦੇ ਵਿੱਚ, ਸਵਾਲ ਇਹ ਹੈਗਾ। ਬ੍ਰੇਕ ਤੋਂ ਬਾਅਦ ਵਾਪਸ ਆ ਕੇ ਮੁਹੰਮਦ ਖਾਲੀ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕਿ ਵਿਧਾਨ ਸਭਾ ਚੋਣਾਂ 'ਚ ਦਿੱਲੀ ਜਨਤਾ ਕਿਹੜੇ ਮੁੱਦਿਆਂ ਨਾਲ ਖੜੇਗੀ? ਖਾਲਿਦ ਸਾਹਿਬ, ਮੈਂ ਮੁੱਦਿਆਂ ਦਾ ਜ਼ਿਕਰ ਵੀ ਕਰ ਰਿਹਾ, ਇੱਕ ਮੈਂ ਥੋੜ੍ਹਾ ਜਿਹਾ ਡਾਟਾ ਵੀ ਤੁਹਾਡਾ ਸ਼ੇਅਰ ਕਰ ਦੂੰਗਾ, ਤੁਹਾਨੂੰ ਬਾਰੇ ਪਤਾ ਹੀ ਹੋਊਗਾ। 2013 ਦੀ ਵਿਧਾਨ ਸਭਾ ਚੋਣਾਂ ਹੁੰਦੀਆਂ, BJP ਨੂੰ 33%, ਆਮ ਆਦਮੀ ਪਾਰਟੀ 29%, ਕਾਂਗਰਸ ਨੂੰ 24% ਵੋਟਾਂ ਮਿਲਦੀਆਂ।
2015 की विधानसभा चुनाव में बीजेपी 32% सिर्फ 1% घटता बीजेपी का, ये नोट करियो। आम आदमी पार्टी 54% आ जाती है, कांग्रेस 9% आ जाती है, यानी कि कांग्रेस का वोट बैंक का जोड़ा वो शिफ्ट हो रहा आम आदमी पार्टी। 2017 दी नगर निगम चोणा होंदिया दिल्ली दी, उन्हें बीजेपी 37%, आम आदमी पार्टी 26%, कांग्रेस 22%। इतने आके आम आदमी पार्टी डाउन हो रही है, कांग्रेस थोड़ी जी अप हो रही है। बीजेपी 56% 2019 दी लोकसभा चोणा की गल कर रही, हुणे होके हटी। आम आदमी पार्टी 18%, कांग्रेस 22%। ये सारा डाटा देख के तुहानू इउं लगता पिया कि बीजेपी ने ज़्यादा लूज नहीं किया दिल्ली दे विच, कांग्रेस को ज्यादा नुकसान होया, उस दे बावजूद हिंदू मुस्लिम वाला कार्ड खेडन की जरूरत क्यों पै रही है ना? देखो मैं तुम दसदा कि 1952 के बाद जिन्हें भी इलेक्शन होए हैं, जनसंघ की भी प्रेजेंस दिल्ली के होंगी सी वोटों के, क्योंकि मैक्सीमम रेफ्यूजी जिहड़ा पाकिस्तान तो माइग्रेट होकर आया वो मैक्सीमम जिहड़ा है सीगा जनसंघ का सपोर्टर सीगा, मदन लाल खुराना वगैरह वो सारे लोग उही जिहड़ा सीगा वो बाद दे विच बीजेपी बन गई, बीजेपी में शिफ्ट हो गया। इस करके बीजेपी जनसंघ की हमेशा एक कैडर सीगा उत्ते जिहड़ा कि रिलीजियसली बीजेपी जनसंघ नूं फॉलो करता सीगा, वो अरज भी हैगा और उहदे विच फ्लक्चुएशन होंदी रहिंदी है। लेकिन 2014 दे इलेक्शन ते बाद जिस तरीके दे नाल मोदी वेव दे विच बीजेपी नूं एक जंप मिलिया वोटां दा, उहदे विच जिहड़ा हैगा वह कायम है, उहदे विच थोड़ी बहुत डाउन किसी ना किसी इलेक्शन च आ रही है, जिवें कि म्यूनसिपैलिटी का इलेक्शन डिफरेंट तरीके दा नाल हुंदा, उत्थे कांग्रेस नूं 22% मिल रही है, सेंटर दा इलेक्शन है उत्थे उहनां नूं 9-10% मिल रही है। हर इलेक्शन दे विच अलग अलग तरीके दे नाल वोटिंग पैटर्न जिहड़ा हैगा वोटिंग बिहेवियर लोकां दा हुंदा है। लेकिन इन्ना जरूर हैगा कि इस इलेक्शन दे विच या जिहड़ा पिछला इलेक्शन है, देखो पिछला इलेक्शन दे पिछली जिहड़ी सरकार बीजेपी दी लास्ट गई है शीला दीक्षित दी, प्याज दे मुद्दे दे उप्पर अगर तुहानूं याद होवे प्याज दे रेट बहुत चढ़ गए, उसके बाद सुषमा स्वराज दी दी जिहड़ी सरकार गई सीगी, उसके बाद केजरीवाल का राइज होना और दिल्ली के उपर उन्होंने कंसनट्रेट करना पिछले 5 साल शुरू के नहीं किया, इधर उधर फिर रहा, लेकिन बाद चुन लग्या कि दिल्ली के उपर कंसनट्रेशन करना जरूरी है और इस करके वो अपने वोट बैंक नू होल्ड इस वेले कर रहा है। जिहड़ा कांग्रेस का वोट बैंक है वह केजरीवाल नू शिफ्ट होया, जिस तरीके दे नाल तुहानू याद होगा कि पिछले विधानसभा के इलेक्शन दे विच पंजाब दे विच बहुत सारा ईवन अकाली बीजेपी जिहड़ा सीगा केडर दा ताकि आम आदमी पार्टी ना जित जावे कांग्रेस नू शिफ्ट होया सीगा। इसे तरीके दे नाल हर इलेक्शन दे विच वोटर जिहड़ा हैगा वो काफ़ी जगह बड़े सियाणप नाल वोटिंग करदा। मैं थोड़ा जिहा सवाल नू होर सीधा कर दिंदा जी, कांग्रेस इस करके इस चोण प्रचार दे विच ज़्यादा नहीं कुद्दी क्योंकि कांग्रेस को लगता है कि सानू जे थोड़ियां वो सीटा मिल गई तो बीजेपी को फायदा ना हो जाए? देखो इदा हैगा भी मैं तो दसदा कांग्रेस की पिछले बार कोई सीट नहीं सी, ऐतकी 1 तो 4 सीटा सारे आम तौर पर कर रहे हैं कि 1 तो 4 सीटा बीजेपी जी हैगी है, मेरा अपना अंदाजा हैगा, मैं कोई सैफोलॉजिस्ट नहीं हाँ, लेकिन जिस तरीके अंडरस्टैंडिंग 13-14 सीटा के करीब मैनू लगता है कि आ जाएगी। लेकिन वो दिस अपार्ट मैं कहना कि बीजेपी जिहड़ी हैगी है वो सर्जिंग तो उहदी होई है, अगे तो वधी है क्योंकि जिस तरीके दे नाल उन्होंने एक कैंपेन उस पूरा सेंटर गवर्नमेंट सेंटर दे मंत्री जिन्ने लीडर लगे हुए सीगे सब आपां ये गल्लां बोल नहीं सकदे किसे नूं किन्नियां सीटां आउणगीयां ओह सारीयां चीज़ां इलेक्शन कोड दे बिल्कुल विपरीत है, एक ध्यान रखो इस गल्ल दा। अच्छा दूसरी चीज़ हैगी है कि तुसीं अंदाज़ा नहीं ला सकदे सीटां दा, उहदे विच जिहड़ा हैगा आम आदमी पार्टी ने उही मुद्दे रखे हैं जिहड़े मुद्दे पर वह डिवेलपमेंट के मुद्दे बिजली पानी वगैरह डिस्ट्रैक्ट करने की कोशिश की गई, लेकिन वह डिस्ट्रैक्ट होए नहीं, बार बार उन्होंने कहा कि इस तो भाई आही मुद्दे दे पर आम आदमी पार्टी ने जन लोकपाल जां होर जिहड़े करप्शन दे इशू हाँ, कई चीज़ा कई चीज़ा देखो जिहड़ा पूर्ण राज दिल्ली नूं पूर्ण राज वाला सब तो वड्डा मुद्दा सीगा जन लोकपाल का, यह बहुत वड्डा फेलियर है कि जन लोकपाल जिहड़ा हैगा हालांकि जिहड़ी मूवमेंट चली सीगी UPA 2 दे विच एंड दे विच जिहड़ी केजरीवाल और ना हजारे दी मूवमेंट सी जन लोकपाल तो नंबर 1 सीगा, नंबर 1 सीगा वो नहीं हैगा। हुण लोकां ने फैसला करना है कि क्या जनपाल लोकपाल दा मुद्दा जिहड़ा हैगा वो भारू होएगा या बिजली ते पानी जिहड़ा हैगा वो भारू होएगा। जन लोकपाल दे मुद्दे तुसीं सपोर्ट करदे हो? देखो जी तुसीं इलेक्शन कादे ते लड़दे हो? मैं कहां कि मैं इलेक्शन लड़ना कि मैं पंजाब दे विच चिट्टी क्रांति लिया दूंगा, इस वास्ते चिट्टी क्रांति मेरे वास्ते मुद्दा है। जदों एक पार्टी ये कह के इलेक्शन लड़ती है कि जन लोकपाल साडे वास्ते सब तो वड्डा मुद्दा है तो सब तो ज़्यादा ध्यान उहदे ते केंद्रित होना चाहिए। मुफ्त बिजली देनी, मुफ्त पानी देना, ये गल्लां जिहड़ियां ने ना ये
किसी पास डिवेलपमेंट दल्ला नहीं है ये क्योंकि दिल्ली के बजट इन्ना हैगा सरपलस हैगा उत्थे पर कैपिटल इनकम 60,000 तो उत्ते हैगी है उन्हों का जी डी पी बहुत ज़्यादा हैगा उत्थे सेल बड़ी वड्डी मार्केट है इस करके दिल्ली का रेवन्यू जिहड़ा उत्थे जमीन की कॉस्ट बहुत ज़्यादा है इस करके उहदे ते जिहड़ी ड्यूटी लगती स्टैंप ड्यूटी वह बहुत ज़्यादा उत्थे रिकवरी हुंदी है दिल्ली के रेवन्यू रिसोर्स जिहड़े है वह बहुत ज़्यादा हैगे खर्चे नालों इस करके एक चीजा फ्री देनिया कोई एडी वड्डी गल नहीं हैगी है लेकिन दिल्ली ये गल मानदे पर फिर कैप्टन साहब कहंदे कि दिल्ली दे विचों करप्शन खत्म करनी ये बहुत वड्डा मुद्दा सी इस नूं नंबर 1 लेना चाहिए सी होर चीज ऐड करना शाहदरा और दूसरा जो है गलियां मोहल्लियां दा इन्ना बुरा हाल अज भी ईवन टुडे मैं तुहानू दस रहा कि उत्थे जिहड़ा हैगा पानी दा कोई निकास नहीं है इन्नी गंदगी है जिहड़ा स्वच्छ भारत अभियान दा जिहड़ा हैगा उत्थे जलूस निकलदा तुसीं उस दिल्ली दे उस इलाके च तुसीं देख सकदे हो और होर बड़ा कुछ हैगा इहदा मतलब देखो इदां हैगा डिवेलपमेंट दी फाइनैलिटी कुछ नहीं हुंदी भी फाइनली डिवेलप हो गया सब कुछ डिवेलपमेंट जिहड़ा हैगा एक ऑनगोइंग प्रोसैस हुंदा और ऑनगोइंग प्रोसैस दे विच इह चीज़ां जिहड़ियां हैगियां इह भी अग्गे आउणियां चाहीदियां कि ये चीज़ा जी है इन उपर भी सरकार काम कर अरविंद केजरीवाल कहते हैं कि शीला दीक्षित सरकार 15 साल रही जो कॉमनवेल्थ गेम्स का सारा काम उत्थे होना सीगा उन्हां दौरान जिहड़े उत्थे ब्रिजस बने हैं तकरीबन उन्होंने 65 से 67 ब्रिज कहे हैं शीला दीक्षित सरकार वाले बने हैं केजरीवाल ने पिछले 5 सालों के 23 ब्रिज बनवाए उन पैसा बचाया यह दावा करते पे है वो कहते कॉमनवेल्थ गेम्स करके शीला दीक्षित सरकार वाले बन गए एक होर नाल जिहड़ा उत्थे सिग्नेचर ब्रिज है वह 10% काम होया सिर्फ जो केजरीवाल की सरकार आई बाकी काम उन्होंने आके पूरा कराया इसका की जवाब दूंगा देखो जिहड़ा प्रोजेक्ट क्योंकि तुसीं हमेशा कहिंदे साडे प्रोजेक्ट ते साडे प्रोजेक्ट ते केजरीवाल मोहर ला के आपदे नंबर बना रहे देखो जी जिहड़ा तुहाडा हैगा जिन्हों अजकल कहें बंदा सिंह बहादुर सेतु जिहड़ा हैगा शीला दीक्षित सरकार ने पूरा किया केजरीवाल ने इनॉग्रेशन किया खत्म इन्ना ही फर्क है क्योंकि देखो कई सिग्नेचर ब्रिज का काम अधूरा सी क्योंकि तुसी सिग्नेचर ब्रिज दी बहुत सियासत कीती है देखो ये गल्लां ना करो तुसी मैं उत्थे दिल्ली दे कोर इशूज लैके बैठा केजरीवाल साहब मैं नहीं हैगा भी इत्थे आके गूगल तो देख लिया तो मैं बोलना आप जाके नहीं 23 ब्रिज का उद्घाटन केजरीवाल ने किया उन्हें यह पुछो कि 23 ब्रिज शुरू कदों होई सी प्लानिंग कदों होई सी उन्हां दी मेट्रो बहुत वड्डी देन मेट्रो अपने आप च रुकावट भी बहुत डाली है घोटाले हो अंदर निशान लगे सड़क जल बोर्ड घाटे च ठीक है बीजेपी दावा कर दी क्यों दावा कर दी बीजेपी इंडियन सिटीजन्स नू इंडियन सिटीजन्स मनन दे एक मिनट फ्री वाला मॉडल लेके आना चाहते हो एक मिनट सवाल सुन लो ਤੁਸੀਂ ਮੈਟਰੋ ਬਾਰੇ ਬੋਲਿਆ ਫ੍ਰੀ ਕਰਾਂਗੇ ਤੁਹਾਨੂੰ ਪਤਾ ਮੈਟਰੋ ਵਾਲੇ ਮੈਟਰੋ ਦੇ ਅਧਿਕਾਰੀ ਡੀਐਮਆਰਸੀ ਨੇ ਕੀ ਕਿਹਾ ਸੀ ਵੀ ਤੁਸੀਂ ਮੈਟਰੋ ਦਾ ਬੁਰਾ ਹਾਲ ਕਰਨਾ ਤੁਸੀਂ ਇੰਜ ਕਰਕੇ ਉਦੋਂ ਤੁਸੀਂ ਪਿੱਛੇ ਹਟਣਾ ਪਿਆ ਤੁਹਾਨੂੰ ਸੰਗੜਾ ਸਾਹਿਬ ਨਹੀਂ ਦੇਖੋ ਮੈਂ ਕਿਹੜਾ ਮਾਡਲ ਦੇਣਾ ਚਾਹੁੰਦੇ ਤੁਸੀਂ ਫ੍ਰੀ ਕਰ ਅਸੀਂ ਦੇਖੋ ਕੇਂਦਰ ਸਾਹਿਬ ਜਿਹੜੇ ਅਸੀਂ ਚੀਜ਼ਾਂ
ਚੀਜ਼ਾਂ ਫ੍ਰੀ ਦੇ ਦਿੱਤੀਆਂ ਆ ਉਹਦੇ ਤੋਂ ਇਹ ਨਹੀਂ ਸਮਝਣਾ ਚਾਹੀਦਾ ਪੈਸੇ ਇਕੱਲੀਆਂ ਫ੍ਰੀ ਦੇਣ ਲਈ ਆਇਆ ਅਸੀਂ ਦਿੱਲੀ ਚ ਇੰਨੇ ਡਿਵੈਲਪਮੈਂਟ ਦੇ ਕੰਮ ਕੀਤੇ ਆ ਆ ਸਕੂਲਾਂ ਦਾ ਜਾਂ ਮਹੱਲਾ ਕਲੀਨਿਕਸ ਜਿਹੜੀਆਂ ਆ ਇਹ ਤੋਂ ਇਲਾਵਾ ਬ੍ਰਿਜਸ ਬਣਾਏ ਆ ਅਸੀਂ ਬਹੁਤ ਡਿਵੈਲਪਮੈਂਟ ਦੇ ਕੰਮ ਕੀਤੇ ਮੈਂ ਤਾਂ ਇੱਕ ਇਹ ਗੱਲ ਕੀਤੀ ਆ ਟਾਇਲਟ ਵਾਲਾ ਕਾਰਡ ਮਿਲਦਾ ਕਰਪਸ਼ਨ ਰੋਕਣ ਕਰਕੇ ਹੀ ਦਿੱਲੀ ਦੀ ਜਨਤਾ ਦਾ ਪੈਸਾ ਦਿੱਲੀ ਜਨਤਾ ਚ ਵੰਡਿਆ ਜਾ ਰਿਹਾ ਓਐਸਡੀ ਬਾਰੇ ਮੈਂ ਗੱਲ ਕਰਨੀ ਚਾਹੁੰਦਾ ਓਐਸਡੀ ਸਰਕਾਰੀ ਮੁਲਾਜ਼ਮ ਹੁੰਦਾ ਕਿੰਗਰਾ ਜੀ ਅੱਜ ਸਵੇਰੇ ਬਣਿਆ ਗਿਆ ਐਵੇਂ ਤੁਸੀਂ ਸਿਸ਼ੋਦੀਆ ਜੀ ਨਾਲ ਜੁੜ ਜਾਂਦੇ ਹੋ ਨਹੀਂ ਮੈਂ ਨਹੀਂ ਜੋੜਦਾ ਮੈਂ ਬੋਲਦਾ ਉਹ ਦੋਨੇ ਕਿਉਂ ਬੋਲਣ ਲੱਗ ਜਾਂਦੇ ਆ ਮੈਨੂੰ ਗੱਲ ਨਹੀਂ ਕਰਨ ਦਿੰਦੇ ਤੁਹਾਡਾ ਮੁਕਾਬਲਾ ਕਿੰਨੇ ਨਾਲ ਤੁਹਾਡਾ ਮੁਕਾਬਲਾ ਕਿੰਨੇ ਨਾਲ ਸਕਦਾ ਸਾਡਾ ਮੈਂ ਦੱਸ ਦੇਣਾ ਸਾਡਾ ਜਿਹੜਾ ਮੁਕਾਬਲਾ ਆ ਸਾਡਾ ਆਪਣੇ ਆਪ ਨਾਲ ਹੀ ਆ ਕਿਉਂਕਿ ਬੀਜੇਪੀ ਕਾਫੀ ਪਿੱਛੇ ਰਹਿ ਗਈ ਆ ਕਾਂਗਰਸ ਖਤਮ ਹੋ ਗਈ ਇੱਕ ਛੋਟਾ ਬ੍ਰੇਕ ਲਵਾਂਗਾ ਬ੍ਰੇਕ ਤੋਂ ਬਾਅਦ ਆਖਰੀ ਹਿੱਸੇ ਵਿੱਚ ਆ ਰਿਹਾ ਮੁਹੰਮਦ ਖਾਲਿਦ ਸਾਹਿਬ ਮੈਂ ਆ ਰਿਹਾ ਤੁਹਾਡੇ ਕੋਲ ਵਿਧਾਨ ਸਭਾ ਚੋਣਾਂ 'ਚ ਦਿੱਲੀ ਜਨਤਾ ਕਿਹੜੇ ਮੁੱਦਿਆਂ ਨਾਲ ਖੜੇਗੀ ਅਸੀਂ ਮੂਲ ਤੌਰ 'ਤੇ ਸਵਾਲ ਇਹ ਪੁੱਛ ਰਹੇ ਹਾਂ ਪਰ ਦਿੱਲੀ ਦੇ ਦਿਲ ਵਿੱਚ ਕੀ ਆ ਦਿੱਲੀ ਦਾ ਦਿਲ ਆ ਜਿਹੜਾ ਉਸ ਨੂੰ ਸਮਝਣਾ ਬਹੁਤ ਔਖਾ ਹੈਗਾ ਦਿੱਲੀ ਦਾ ਜਿਹੜਾ ਪੋਲੀਟੀਕਲ ਕਲਚਰ ਹੈਗਾ ਦਿੱਲੀ ਦਾ ਜਿਹੜਾ ਜੋਗ੍ਰਾਫੀਕਲ ਸਿਚੁਏਸ਼ਨ ਹੈਗੀ ਹੈ ਅਤੇ ਦਿੱਲੀ ਦੇ ਜਿਹੜਾ ਵਿੱਚ ਵਿਕਾਸ ਦਾ ਮਾਡਲ ਹੈਗਾ ਉਸ ਨੂੰ ਵੱਖਰੇ ਤਰੀਕੇ ਨਾਲ ਸਮਝਣਾ ਪਵੇਗਾ ਬਾਕੀ ਦੇਸ਼ ਦੇ ਹਿੱਸਿਆਂ ਨਾਲੋਂ ਕਿਉਂਕਿ ਦਿੱਲੀ ਦੇ ਵਿੱਚ ਲੋਕ ਵੀ ਪੜ੍ਹੇ ਲਿਖੇ ਬਹੁਤ ਹੈਗੇ ਆ ਦਿੱਲੀ ਦੇ ਲੋਕ ਆ ਜਿਹੜੇ ਉਹ ਨੈੱਟ ਨਾਲ ਵੀ ਬੜਾ ਫੈਮਿਲੀਅਰ ਹੈਗੇ ਆ ਦਿੱਲੀ ਦੇ ਲੋਕ ਆ ਜਿਹੜੇ ਉਹ ਸਾਰਾ ਕੁਝ ਸਮਝਦੇ ਪਏ ਆ ਅਤੇ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਕੀ ਕਰਦੀ ਪਈ ਹੈ ਉਹ ਵੀ ਸਮਝਦੇ ਪਏ ਹੈਗੇ ਆ ਦਿੱਲੀ ਦੇ ਵਿੱਚ ਜਿਹੜੀਆਂ ਆਪਦੀਆਂ ਜਿਹੜੀਆਂ ਸਰਕਾਰਾਂ ਹੈਗੀਆਂ ਦੋ ਤਿੰਨ ਸਰਕਾਰਾਂ ਚੱਲਦੀਆਂ ਦਿੱਲੀ ਦੇ ਵਿੱਚ ਉਹਨਾਂ ਦਾ ਕੰਮਕਾਜ ਕੀ ਹੈਗਾ ਦਿੱਲੀ ਦੇ ਲੋਕ ਉਹ ਵੀ ਸੋਚਦੇ ਪਏ ਹੈਗੇ ਸਮਝਦੇ ਪਏ ਆ ਇਸ ਲਈ ਦਿੱਲੀ ਦੇ ਲੋਕ ਹੈ ਐਮ ਸੀ ਡੀ ਵਾਸਤੇ ਵੱਖਰਾ ਫੈਸਲਾ ਸੁਣਾਉਂਦੇ ਆ ਵਿਧਾਨ ਸਭਾ 'ਚ ਵੱਖਰਾ ਫੈਸਲਾ ਸੁਣਾਉਂਦੇ ਆ ਲੋਕ ਸਭਾ 'ਚ ਵੱਖਰਾ ਫੈਸਲਾ ਸੁਣਾਉਂਦੇ ਆ ਇਸ ਲਈ ਸਮਝ ਨਹੀਂ ਆ ਰਿਹਾ ਦਿੱਲੀ ਦਿਲ ਵਿੱਚ ਹੈ ਕਿ ਬ੍ਰੇਕ ਤੋਂ ਵਾਪਸ ਆ ਕੇ ਫਿਰ ਸਮਝਣ ਦੀ ਕੋਸ਼ਿਸ਼ ਕਰਾਂਗੇ ਵੱਡਾ ਸਵਾਲ ਇੱਕੋ ਪੁੱਛ ਰਿਹਾ ਵਿਧਾਨ ਸਭਾ ਚੋਣਾਂ ਵਿੱਚ ਦਿੱਲੀ ਦੀ ਜਨਤਾ ਕਿਹੜੇ ਮੁੱਦਿਆਂ ਨਾਲ ਖੜੇਗੀ ਖਾਲਿਦ ਸਾਹਿਬ ਇੱਕ ਸਵਾਲ ਆ ਜਿਹੜਾ ਉਹ ਦਿੱਲੀ ਦੇ ਯੂਥ ਦਾ ਨਹੀਂ ਹੋ ਰਿਹਾ ਹੈਗਾ ਉਹ ਐਡਰੈਸ ਕਿਤੇ ਵੀ ਨਹੀਂ ਹੋਇਆ ਹੈਗਾ ਤਾਂ ਮੈਨੂੰ ਲੱਗਦਾ ਸਾਰੀਆਂ ਡਿਬੇਟ ਵਿੱਚੋਂ ਉਹ ਸਵਾਲ ਆਊਟ ਹੈ ਦਿੱਲੀ ਦਾ ਯੂਥ ਆ ਜਿਹੜਾ ਉਹ ਕਿੱਥੇ ਸਟੈਂਡ ਕਰਦਾ ਹੈਗਾ ਦਿੱਲੀ ਦੇ ਯੂਥ ਦਾ ਸਵਾਲ ਇਸ ਕਰਕੇ ਹੈ ਦਿੱਲੀ ਦਾ ਯੂਥ ਆ ਜਿਹੜਾ ਉਹ ਡਰੱਗ ਵਿੱਚ ਲਿਪਤ ਤਾਂ ਨਹੀਂ ਹੈਗਾ ਸਵਾਲ ਇਹ ਵੀ ਹੈਗਾ ਕਿ ਦਿੱਲੀ ਦੇ ਯੂਥ ਨੂੰ ਰੁਜ਼ਗਾਰ ਮਿਲ ਰਿਹਾ ਰੁਜ਼ਗਾਰ ਦੀ ਗੱਲ ਮਿਸਟਰ ਕੇਜਰੀਵਾਲ ਹਰਾਂ ਨੇ ਵੀ ਕਿੰਨੀ ਕੁ ਕੀਤੀ ਹੈ ਤੁਸੀਂ ਬਿਹਤਰ ਜਾਣਦੇ ਹੋ ਕੇਂਦਰ ਸਰਕਾਰ ਕੀ ਗੱਲ ਕਰਦੀ ਹੈ ਉਹ ਵੀ ਤੁਸੀਂ ਬਿਹਤਰ ਜਾਣਦੇ ਹੋ ਜਿਹੜਾ ਅਸਲ ਪੁਆਇੰਟ ਹੈ ਉਸ ਤੇ ਕੋਈ ਗੱਲ ਨਹੀਂ ਕਰ ਰਿਹਾ ਬਹੁਤ ਹੀ ਇੰਪੋਰਟੈਂਟ ਸਵਾਲ ਕੀਤਾ ਹੈ ਜਿੱਥੇ ਤੱਕ ਤਾਂ ਦਿੱਲੀ ਦੇ ਵਿੱਚ ਯੂਥ ਦਾ ਸਵਾਲ ਹੈ ਦਿੱਲੀ ਦਾ ਯੂਥ ਸਿਰਫ ਦਿੱਲੀ ਦਾ ਹੀ ਨਹੀਂ ਹੈ ਪੂਰੇ ਕੰਟਰੀ ਦਾ ਹਾਂ ਬਿਲਕੁਲ ਉੱਥੇ ਬਿਹਾਰ ਦਾ ਵੀ ਹੈ ਉੱਥੇ ਯੂਪੀ ਦਾ ਵੀ ਹੈ ਉੱਥੇ ਮੱਧ ਪ੍ਰਦੇਸ਼ ਦਾ ਵੀ ਹੈ ਉੱਥੇ ਤਾਮਿਲਨਾਡੂ ਦਾ ਵੀ ਹੈ ਹਰ ਤਰ੍ਹਾਂ ਦਾ ਹਰ ਸਟੇਟ ਦਾ ਯੂਥ ਜਿਹੜਾ ਹੈਗਾ ਉੱਥੇ ਜ਼ੋਰ ਆਜ਼ਮਾਇਸ਼ ਕਰਨ ਆਉਂਦਾ ਹੈ ਐਜੂਕੇਸ਼ਨ ਦੇ ਵਿੱਚ ਕੰਪੀਟੀਸ਼ਨ ਦੇ ਵਿੱਚ ਤੁਸੀਂ ਬੇਰ ਸਰਾਏ ਚਲੇ ਜਾਓ ਤੁਸੀਂ ਜੇ ਐੱਨ ਯੂ ਚਲੇ ਜਾਓ ਲੋਅਰ ਕੈਂਪਸ 'ਤੇ ਚਲੇ ਜਾਓ ਹਜ਼ਾਰਾਂ ਬੱਚੇ ਜਿਹੜੇ ਹੈਗੇ ਆ ਉਹ ਡਿਫਰੈਂਟ ਕੰਪੀਟੀਸ਼ਨਸ ਦੀਆਂ ਤਿਆਰੀਆਂ ਕਰਦੇ ਆ ਯੂਥ ਜਿਹੜਾ ਹੈਗਾ ਜਿੱਥੇ ਤੱਕ ਸਵਾਲ ਹੈ ਕਿ ਰੁਜ਼ਗਾਰ ਦਾ ਰੋਜ਼ਗਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੰਟਰੀ ਦੇ ਵਿੱਚ ਹੀ ਰੋਜ਼ਗਾਰ ਜਿਹੜਾ ਦਾ ਜਿਹੜਾ ਹੈਗਾ ਬਹੁਤ ਹੀ ਲੋਅਰ ਲੈਵਲ 'ਤੇ ਚੱਲ ਰਿਹਾ 6-7% ਜਿਹੜੀ ਹੈਗੀ ਹੈ ਅਨਇੰਪਲੋਇਮੈਂਟ ਜਿਹੜੀ ਹੈਗੀ ਹੈ ਕੰਟਰੀ ਦੇ ਵਿੱਚ ਹੈ ਦਿੱਲੀ ਉਹ ਤੋਂ ਅਲੱਗ ਨਹੀਂ ਹੈ ਲੇਕਿਨ ਇਸ ਪੂਰੇ ਕੈਂਪੇਨ ਦੇ ਵਿੱਚ ਆਮ ਆਦਮੀ ਪਾਰਟੀ ਨੇ ਜ਼ਿਆਦਾ ਜਿਹੜਾ ਹੈਗਾ ਉਹ ਜ਼ੋਰ ਇਸੇ ਚੀਜ਼ 'ਤੇ ਦਿੱਤਾ ਬਜਟ ਨੰਬਰ 2 ਤੁਹਾਡਾ ਪਾਣੀ ਅਤੇ ਬਿਜਲੀ ਜਿਹੜਾ ਹੈਗਾ ਫ੍ਰੀ ਕਰਨਾ ਜਾਂ ਉਹਨੂੰ ਸਬਸਿਡਾਈਜ਼ ਕਰਨਾ ਟਰਾਂਸਪੋਰਟ ਦੀ ਗੱਲ ਕੀਤੀ ਹੋਰ 2-4 ਚੀਜ਼ਾਂ ਸਕੂਲਾਂ ਦੀ ਗੱਲ ਐਜੂਕੇਸ਼ਨ ਉਹੀ ਹੈਲਥ ਦੀ ਹੋਗੀ ਲੇਕਿਨ ਰੋਜ਼ਗਾਰ ਜਿਹੜਾ ਹੈਗਾ ਰੋਜ਼ਗਾਰ ਦੇ ਕਿਵੇਂ ਅਫਸਰ ਅੱਗੇ ਨੂੰ ਹੋਰ ਵਧਾਏ ਜਾਣਗੇ ਉਹਦੇ ਬਾਰੇ ਕੋਈ ਇਹਦੇ ਵਿੱਚੋਂ ਨਿਰਧਾਰਿਤ ਰਹੀ ਹੈ ਗੱਲ ਸਾਡੇ ਸਾਰੇ ਕੈਂਪੇਨ ਦੇ ਵਿੱਚੋਂ ਨੰਬਰ 1 ਸਰ ਪ੍ਰਦੂਸ਼ਣ ਵਾਲੀ ਗੱਲ ਵੀ ਦੂਸਰੀ ਗੱਲ ਇਹ ਹੈ ਪ੍ਰਦੂਸ਼ਣ ਜਿਹੜਾ ਹੈਗਾ ਜਿਹੜਾ ਕਿ ਸਾਰਾ ਸਾਲ ਨਹੀਂ ਹੁੰਦਾ ਇੱਕ ਟਾਈਮ ਸਾਲ ਦੇ ਵਿੱਚ ਐਸਾ ਹੁੰਦਾ ਜਿਹਦੇ ਵਿੱਚ ਕਾਫੀ ਜ਼ਿਆਦਾ ਹਰ ਸਾਲ ਉਹਨੂੰ ਰਿਪੀਟ ਹੁੰਦਾ ਕਾਫੀ ਜ਼ਿਆਦਾ ਹੋ ਜਾਂਦਾ ਜਿਸ ਵੇਲੇ ਪਰਾਲੀ ਵਗੈਰਾ ਦਾ ਹੁੰਦਾ ਮੈਂ ਇੱਕ ਤਰਕ ਤਾਂ ਦੇ ਦਿੰਦਾ ਕਿ ਸਾਹਿਬ ਇਹ ਕਹਿੰਦੇ ਆ ਕਿ ਦਿੱਲੀ ਦੇ ਵਿੱਚ ਜੇ ਪ੍ਰਦੂਸ਼ਣ ਉਨਾ ਹੀ ਰਿਹਾ ਜਿੰਨਾ ਪਹਿਲਾਂ ਸੀਗਾ ਉਹਦੀ ਵਜ੍ਹਾ ਅਸੀਂ 24 ਘੰਟੇ ਬਿਜਲੀ ਸਪਲਾਈ ਦਿੱਤੀ ਹੈ ਅਤੇ ਜਿਹੜੇ ਜਨਰੇਟਰ ਸੀ ਹੋਂਡਾ ਵਾਲੇ ਉਹ ਅਸੀਂ ਬੰਦ ਕਰਵਾਤੇ ਦੇਖੋ ਜੇ ਇੱਦਾਂ ਹੈਗਾ ਵੀ ਦਿੱਲੀ ਦਾ ਜਿਹੜਾ ਪ੍ਰਦੂਸ਼ਣ ਹੈ ਉਹ ਬਾਹਰੋਂ ਘੱਟ ਹੈ ਦਿੱਲੀ ਦਾ ਇੰਟਰਨਲ ਜਿਹੜੀ ਟ੍ਰੈਫਿਕ ਹੈ ਉਹਦਾ ਟ੍ਰੈਫਿਕ ਉਹਦਾ ਬਹੁਤ ਜ਼ਿਆਦਾ ਹੈਗਾ ਤੁਸੀਂ ਪਰ ਹੈਡ ਜਿਹੜੀ ਹੈਗੀ ਆ ਕਿੰਨੇ ਲੋਕੋਂ ਵਹੀਕਲ ਆ ਉਹ ਕਿੰਨੀ ਵਹੀਕਲ ਰੋਜ਼ ਐਂਟਰ ਹੁੰਦੀ ਆ ਹਰਿਆਣੇ ਦੇ ਵਿੱਚੋਂ ਯੂਪੀ ਦੇ ਵਿੱਚੋਂ ਉਹ ਸਾਰੀ ਚੀਜ਼ ਜਿਹੜੀ ਹੈਗੀ ਉਹ ਪੋਲਿਊਸ਼ਨ ਦਾ ਮੇਨ ਕਾਰਨ ਹੈ ਪੋਲਿਊਸ਼ਨ ਦਾ ਇਹ ਕਹਿਣਾ ਵੀ ਹਰਿਆਣੇ ਕਰਕੇ ਹੈ ਪੰਜਾਬ ਕਰਕੇ ਉਹ ਬਿਲਕੁਲ ਸੈਕੰਡਰੀ ਚੀਜ਼ ਹੈ ਪ੍ਰਾਇਮਰੀ ਜਿਹੜੀ ਹੈਗੀ ਹੈ ਤੁਹਾਡੀ ਆਪਣੀ ਜਿਹੜੀ ਹੈਗੀ ਹੈ ਪ੍ਰਦੂਸ਼ਣ ਹੈਗਾ ਉਹ ਦਿੱਲੀ ਦਾ ਆਪਣਾ ਹੈਗਾ ਉਹਦੇ 'ਚ ਤਾਂ ਕੋਈ ਉਹ ਹੀ ਨਹੀਂ ਹੈ ਲੇਕਿਨ ਇਹ ਚੀਜ਼ ਜਿਹੜੀ ਹੈਗੀ ਹੈ ਹੋਣੀ ਚਾਹੀਦੀ ਸੀਗੀ ਨਾ ਇੰਪਲੋਇਮੈਂਟ ਦੀ ਗੱਲ ਹੋਈ ਹੈ
ना ये चीज़ जी है प्रदूषण वगैरह की लेकिन मैं ये ना एक होर ऐड करा छोटी जी गल जे फ्री बीज हैं वो लगता तो अच्छा है कि असं फ्री बिजली देता पानी देता लेकिन पूरे वर्ल्ड के इकोनोमिस्ट इस चीज़ में एग्री करते हैं कि इट्स नॉट ए गुड इकोनॉमिक्स जिथे तक कि स्टेट दे क्राफ्ट नु चलाउण दी गल है डिवेलपमेंट दी गल है ओनली व्हाट इकोनॉमिक्स मतलब बिल्कुल देखो ना जेड़ा भी जितना चाहुंदा वो कहंदे जी फार्मर्स दे लोन माफ कर देंगे फलाना कर देंगे बट ए गुड इकोनॉमिक्स नहीं है। ठीक है संगेड़ा साहब ए गुड इकोनॉमिक्स ते बैड इकोनॉमिक्स ते राइट इकोनॉमिक्स ते सारी गल्लां होणगियां संगेड़ा साहब मैनूं एक सवाल दा जवाब दो मैं तुहाडे इशूज़ दी गल कर रहा ट्रांसपोर्ट दी तुसीं गल कर रहे तुसीं तां उत्थे 5000 बसां लैके आउणियां सीगियां दिल्ली दे ट्रैफिक नूं कंट्रोल करना सीगियां ओह बसां दीआं फाइलां तुसीं कहिंदे हो कि साडीआं रोकी रखियां इन्हां ने फिर उस तो बाद तुसी एक सवाल होर खड़ा करता कि केस हाई कोर्ट दे विच चला गया स्टे ऑर्डर हो गया इस करके सानूं बसां लैण विच दिक्कत आई संगेड़ा साहब असल च इशू कित्थे रुकिया होया तुसी एंड ते जाके सारा कुछ करन दी कोशिश विच लगे हो वाईफाई एंड ते सीसीटीवी एंड ते ट्रांसपोर्ट बसां आउणगियां हफ्ते च 100 150 150 सवारियां जी 5-6 महीने दे विच सारियां बसां आ जाणगियां क्यों इदां क्यों कीता तुसी दिल्ली वाले ते नहीं असीं पहलां शुरू तो ही डे 1 तो ही काम शुरू कीता होया मतलब सीरी वाइज काम हो रहे सीगे ते कीते भी आ एक्चुअली पहले 3 साल ना 2.5 पौने 3 साल सानूं बहुत ज्यादा प्रॉब्लम आई है एलजी वल्लों फिर असी पहला कोर्ट का दरवाजा खड़काया सुप्रीम कोर्ट तक गए चलो मैं लंबा नहीं गल करता धरना देने तो अलावा असं सुप्रीम कोर्ट तक गए जिथों के यह निर्णय हो गया कि मुख्यमंत्री तुसीं बनाया कादे लई अजे हर गल ते इन्होंने एल जी नूं पुछना है उहदे नाल साडियां काफ़ी काम जिहड़े आ उहदे नाल फिर बाद इमीजिएटली काम की तेजी हुई है उदों डिले हो गया सीगा काफ़ी तो उस तो बाद जो कोई कानूनी अड़चन आ गई तो असीं कर देनी अगे बसां आईया पहला यह तो नहीं है जी हुण कोई प्रॉब्लम आ गई है कई वारी कोई कानूनी अड़चन भी आ जाती है मैं तो तां सवाल कीता ओडी वंजे लागू करना उत्थे ट्रांसपोर्ट सर्विस तो होनी चाहिए ना हां जी हां जी पब्लिक ट्रांसपोर्ट तो बाकी देखो मैं खाले साहब की जी गल है मैं इस गल नाल सहमत हाँ कि यह जरा इकोनॉमिक्स जी है इकोनॉमिक डिवेलपमेंट के हिसाब से दो तरह की इकोनॉमिक्स है एक मार्क्सियन इकोनॉमिक्स है जिन्होंने आप मार्क्सिज्म या लेनिनिज्म भी कह दें या होर भी है एक कैपिटलिस्टिक इकोनॉमिक्स है ਜਿਹੜੀ ਕਿ ਯੂਐਸ ਚ ਪੂਰੀ ਤਰ੍ਹਾਂ ਲਾਗੂ ਹੈ ਇੰਡੀਆ ਚ ਨਹੀਂ ਸਾਡੀ ਤਾਂ ਉਹੀ ਹੈ ਜੋ ਇੰਡੀਆ ਦੀ ਇਕਨੋਮਿਕਸ ਹੈ ਉਹਦੇ ਵਿੱਚ ਦੇਖੋ ਫ੍ਰੀ ਵਾਈਜ਼ ਤੁਸੀਂ ਸੋਸ਼ਲ ਆਸਪੈਕਟ ਵੀ ਦੇਖਣਾ ਪੈਂਦਾ ਤੁਹਾਨੂੰ ਤੁਸੀਂ ਸੋਸ਼ਲ ਵੈਲਫੇਅਰ ਇਕਨੋਮਿਕਸ ਵੀ ਹੈਗੀ ਆ ਉਹ ਸਾਡਾ ਆਪਣੇ ਰਲਮਾ ਜਿਹਾ ਹੈਗਾ ਸਾਡੇ ਸੋਸ਼ਲ ਜੇ ਤੁਸੀਂ ਪਿਓਰ ਇਕਨੋਮਿਕਸ ਦੇ ਹਿਸਾਬ ਨਾਲ ਦੇਖੋ ਨਾ ਉਹ ਤਾਂ ਇਹ ਕਹਿੰਦੀ ਹੈ ਜਿਹੜਾ ਮਰਜ਼ੀ ਜਿੰਨਾ ਮਰਜ਼ੀ ਅਮੀਰ ਹੋ ਜਾਵੇ ਡਿਵੈਲਪਮੈਂਟ ਤਰੱਕੀ ਤੇਜ਼ ਹੋਏਗੀ ਪਰ ਲੋਕ ਮਰ ਵੀ ਜਾਣਗੇ ਬਹੁਤ ਜ਼ਿਆਦਾ ਭੁੱਖ ਨਾਲ ਹੀ ਪਰ ਇਹ ਆਪਣਾ ਜਿਹੜਾ ਵੈਲਫੇਅਰ ਇਕਨੋਮਿਕਸ ਹੈ ਉਹਦਾ ਵੀ ਧਿਆਨ ਰੱਖਣਾ ਪੈਂਦਾ ਆ ਅਸੀਂ ਇਕੱਲਾ ਫ੍ਰੀ ਵਾਈਜ਼ ਤੇ ਨਹੀਂ ਡਿਪੈਂਡੈਂਟ ਖਾਲਸਾ ਸਾਹਿਬ ਅਸੀਂ ਡਿਵੈਲਪਮੈਂਟ ਦੇ ਕੰਮ ਵੀ ਨਾਲ ਕਰ ਰਹੇ ਹਾਂ ਇਹ ਤਾਂ ਜਿੱਦਾਂ ਜਿਸ ਤਰ੍ਹਾਂ ਇੱਕ ਮਤਲਬ ਹੈਗਾ ਵੀ ਅਸੀਂ ਕੁਛ ਪੈਸਾ ਲੋਕਾਂ ਦਾ ਉਹਨਾਂ ਨੂੰ ਵਾਪਸ ਕਰ ਦਿੰਦੇ ਹਾਂ ਉਹਦੇ ਨਾਲ ਤਾਂ ਕਿ ਜਿਹੜੇ ਹੇਠਲੇ ਲੈਵਲ ਤੇ ਲੋਕ ਜਿਹਨਾਂ ਦੀ ਇਨਕਮ ਘੱਟ ਆ ਉਹਨਾਂ ਦੀ ਥੋੜੀ ਕੰਫਰਟੇਬਲ ਹੋ ਜਾਵੇ ਮੈਂ ਕਾਂਗਰਸ ਬਾਰੇ ਗੱਲ ਜ਼ਰੂਰ ਕਰਨੀ ਚਾਹੁੰਦਾ ਹਾਂ ਕਾਂਗਰਸ ਦੇ ਇਹਨਾਂ ਦਾ ਪੰਜਾਬ 'ਚ ਇਸ ਵੇਲੇ ਮੁੱਖ ਮੰਤਰੀ ਸਾਹਿਬ ਨੇ ਕਿੱਡਾ ਝੂਠ ਬੋਲ ਕੇ ਆਏ ਆ ਦਿੱਲੀ ਵਿੱਚ ਕਹਿੰਦੇ ਤੁਸੀਂ 2 ਲੱਖ ਦੀ ਨੌਕਰੀਆਂ ਦੀ ਗੱਲ ਕਰਦੇ ਕਹਿੰਦੇ ਮੈਂ 11 ਲੱਖ ਦੇ ਹੀ ਬੈਠਾ ਸਾਨੂੰ ਤਾਂ ਇੱਥੇ ਕੋਈ ਦਿਸੀ ਨਹੀਂ ਹੈ ਫਿਰ ਕਹਿੰਦੇ ਮੈਂ 5500 ਸਮਾਰਟ ਸਕੂਲ ਬਣਾਤੇ ਆ ਮਤਲਬ ਕਾਂਗਰਸ ਪਾਰਟੀ ਦੀ ਮੈਂ ਤੁਹਾਨੂੰ ਗੱਲ ਤਾਂ ਦੱਸ ਰਿਹਾ ਵੀ ਬਿਲਕੁਲ ਉੱਥੇ ਬੈਕ ਫੁਟਿੰਗ 'ਤੇ ਗਏ ਆ ਅਤੇ ਇੰਨਾ ਝੂਠ ਬੋਲ ਆਇਆ ਜਿਹੜਾ ਕਿ ਰਿਕਾਰਡ ਹੀ ਰੱਖ ਦਿੱਤਾ ਇਹਨਾਂ ਨੇ ਫਿਰ ਬਿਜਲੀ ਕਹਿੰਦੇ ਮੈਂ ਪੰਜਾਬ ਤੋਂ ਮੈਂ 4 ਰੁਪਏ ਤੋਂ 6 ਰੁਪਏ ਤੱਕ ਦੇ ਰਿਹਾ ਵੀ ਤੁਸੀਂ ਇਹ 5 ਰੁਪਏ ਕੇਜਰੀਵਾਲ ਨੇ ਬਿਜਲੀ ਦੇਤੀ ਦਾ ਕਿੱਡਾ ਕੰਮ ਕਰਤਾ ਸੋ ਕਾਂਗਰਸ ਪਾਰਟੀ ਕਹਿੰਦੇ ਕਮਰਸ਼ੀਅਲ ਜਿਹੜਾ ਉਹਦੇ ਲਈ ਤੁਸੀਂ ਮਹਿੰਗੀ ਰੱਖੀ ਹੈ ਵੱਖਰੇ ਵੱਖਰੇ ਸਲੈਬ ਹੈਗੇ ਆ ਮੇਰਾ ਮਤਲਬ ਇੰਨਾ ਕੋਰਾ ਝੂਠ ਮੈਂ ਮੁੱਖ ਮੰਤਰੀ ਸਾਹਿਬ ਨੂੰ ਕਦੇ ਬੋਲਦੇ ਹੀ ਨਹੀਂ ਦੇਖਿਆ ਕਿੰਗਰਾ ਸਾਹਿਬ ਸੰਗੇੜਾ ਸਾਹਿਬ ਜਿਹੜੀ ਗੱਲ ਕਹਿ ਰਿਹਾ ਸਵਾਲ ਇਹ ਬਹੁਤ ਉੱਠ ਵੀ ਰਿਹਾ ਤੇ ਵਾਇਰਲ ਵੀ ਬਹੁਤ ਹੋ ਰਿਹਾ ਉੱਥੋਂ ਦੀ ਕਾਂਗਰਸ ਹੈ ਜਿਹੜੀ ਉਹ ਇੰਨੇ ਹਮਲੇ ਨਹੀਂ ਕਰਨਾ ਚਾਹੁੰਦੀ ਸੀ ਕੇਜਰੀਵਾਲ 'ਤੇ ਜਿੰਨੇ ਤੁਸੀਂ ਇੱਥੋਂ ਜਾ ਕੇ ਕਰਤੇ ਦੇਖੋ ਇਸ ਤਰ੍ਹਾਂ ਹੁੰਦਾ ਹੈਗਾ ਜਦੋਂ ਅਸੀਂ ਕਿਤੇ ਫਰਜ਼ ਕਰ ਲਓ ਕਿ ਤੁਸੀਂ ਕਿਸੇ ਬੰਦੇ ਨੂੰ ਕਿਸੇ ਪਿੰਡ 'ਚੋਂ ਸੱਦੋਗੇ ਉਹ ਆਪਦੇ ਪਿੰਡ ਨਾਲ ਹੀ ਕੰਪੇਅਰ ਕਰੇਗਾ ਤੁਹਾਡੇ ਪਿੰਡ ਨੂੰ ਤੇ ਪਿੰਡ ਨਾਲ ਕੰਪੇਅਰ ਸੱਚ ਨਾਲ ਕਰਨਾ ਚਾਹੀਦਾ ਜਦੋਂ ਜੇ ਸਾਡੇ ਬੁਲਾਰੇ ਪੰਜਾਬ 'ਚੋਂ ਗਏ ਹੈ ਤੇ ਉਹ ਦਿੱਲੀ ਦੀ ਸਥਿਤੀ ਨੂੰ ਪੰਜਾਬ ਨਾਲ ਹੀ ਕੰਪੇਅਰ ਕਰਨਗੇ ਠੀਕ ਹੈ ਇਹ 'ਚ ਕੋਈ ਦੋ ਰਾਏ ਨਹੀਂ ਹੈਗੀਆਂ ਇਸ ਕਰਕੇ ਉੱਥੇ ਤੁਸੀਂ ਇਹ ਕਹਿੰਦੇ ਤੇ ਫਿਰ ਜੇ ਦਿੱਲੀ ਮਾਡਲ ਦਾ ਪੰਜਾਬ ਨਾਲ ਕੰਪੇਅਰ ਕਰਦੇ ਤੁਸੀਂ ਕਹਿੰਦੇ ਹੋ ਪਰ ਕੈਪੀਟਲ ਇਨਕਮ ਉੱਥੇ ਜ਼ਿਆਦਾ ਦਿੱਲੀ ਦੇ ਇਕਨੋਮਿਕ ਮਾਡਲ ਹੋਰ ਆ ਦਿੱਲੀ ਦਾ ਬਜਟ ਜ਼ਿਆਦਾ ਫਿਰ ਤੁਸੀਂ ਇਦਾਂ ਕੰਪੇਅਰ ਕਰਦੇ ਹੋ ਨਹੀਂ ਉਹ ਤਾਂ ਮੈਂ ਕੰਪੇਅਰ ਕਰਦਾ ਰਿਸੋਰਸਸ ਵਾਸਤੇ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਜਿਹੜੀਆਂ ਦੋ ਗੱਲਾਂ ਇਹ ਬਿਜਲੀ ਤੇ ਪਾਣੀ ਇਹਨਾਂ ਦੋਨਾਂ ਗੱਲਾਂ ਦੇ 'ਚ ਨੈਚੁਰਲ ਰਿਸੋਰਸਸ ਨਹੀਂ ਹੈ ਬਿਜਲੀ ਜਿਹੜਾ ਸਾਡਾ ਪੈਦਾ ਕੀਤਾ ਰਿਸੋਰਸ ਹੈ ਪਾਣੀ ਸਾਡਾ ਨੈਚੁਰਲ ਰਿਸੋਰਸ ਹੈ ਇਹਨਾਂ ਦੋਨਾਂ ਦੀ ਵੇਸਟੇਜ ਵਧਣ ਦਾ ਡਰ ਰਹਿੰਦਾ ਜੇ ਤੁਸੀਂ ਫ੍ਰੀ ਬੀਜ ਦੇ ਦਿਓ ਇਹਨਾਂ ਦੋਨਾਂ ਦੇ ਵਿੱਚ ਇਸ ਕਰਕੇ ਇਹਦੇ ਰੇਟ ਤੁਸੀਂ ਜੇ ਬਿਜਲੀ ਦੇ ਚੈੱਕ ਕਰੋ ਇਸੇ ਚੀਜ਼ ਨੂੰ ਰੋਕਣ ਵਾਸਤੇ ਡਿਫਰੈਂਸ਼ੀਅਲ ਰੇਟਸ ਹੁੰਦੇ ਆ ਬਿਜਲੀ ਦੇ ਜੇ ਤੁਸੀਂ 100 ਯੂਨਿਟ ਤੱਕ ਕਰਦੇ ਹੋ ਆਹ ਰੇਟ ਹੈ 100 ਤੋਂ ਉੱਤੇ ਕਰਦੇ ਹੋ ਆਹ ਰੇਟ ਹੈ 1000 ਤੋਂ ਉੱਤੇ ਕਰਦੇ ਹੋ ਆਹ ਰੇਟ ਹੈ ਤੁਸੀਂ ਸਰ ਉੱਥੇ ਸਰ 300 ਯੂਨਿਟ ਦੀ ਗੱਲ ਕੀਤੀ ਹੈ ਇੱਕ ਮਿੰਟ ਦਾ ਕਿੰਗਰਾ ਸਾਹਿਬ ਬਿਜਲੀ ਦਾ ਸਵਾਲ ਤੁਸੀਂ ਆਪ ਹੀ ਖੜਾ ਕਰ ਲਿਆ ਪੰਜਾਬ 'ਚ ਬਿਜਲੀ ਦਾ ਕੀ ਰੇਟ ਹੈ ਉਹ ਦੇਖੋ ਰੇਟ ਪ੍ਰੋਡਕਸ਼ਨ ਕੀ ਹੈ ਪਹਿਲੀ ਗੱਲ ਤਾਂ ਬਿਜਲੀ ਦੀ ਕਿੱਥੋਂ ਪੈਦਾ ਹੋ ਰਹੀ ਹੈ
ਬਿਜਲੀ ਜਿਹੜੀ ਹੈ ਉਹ ਤਿੰਨ ਥਾਵਾਂ ਤੋਂ ਪੈਦਾ ਹੁੰਦੀ ਹੈ। ਕੈਪਟਨ ਸਾਹਿਬ ਨੇ ਕਿਹਾ ਕਿ ਮੈਂ 4 ਰੁਪਏ ਤੇ 6 ਰੁਪਏ ਯੂਨਿਟ ਦਿੱਤਾ, ਬਿਜਲੀ ਕੰਪਨੀਆਂ ਦੇ ਆਡਿਟ ਕਰਾਂਗੇ। ਇੱਕ ਮਿੰਟ ਕੇਦਰ ਸਾਹਿਬ, ਬਿਜਲੀ ਕੰਪਨੀ ਆਡਿਟ ਕਰਾਂਗੇ। ਤੁਸੀਂ ਕਿਹਾ ਸੀਗਾ ਇੱਥੇ ਆ ਕੇ ਅਸੀਂ ਜਿਹੜੇ ਐਗਰੀਮੈਂਟ ਹੋਇਆ ਰਿਵਿਊ ਕਰਾਂਗੇ, ਤੁਸੀਂ ਕੀ ਕਰ ਲਿਆ? ਨਾ ਕੋਈ ਵਾਈਟ ਪੇਪਰ ਆ ਰਿਹਾ ਹੁਣ ਤੇ? ਇਹ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਸਵਾਲ ਹੈ। ਸਰਵਾਰੇ ਸਾਹਿਬ, ਕੈਪਟਨ ਸਾਹਿਬ 4 ਰੁਪਏ ਬਿਜਲੀ ਕਿਸੇ ਨੂੰ? ਸਰਵਾਰੇ ਸਾਹਿਬ, ਸਰਵਾਰੇ ਸਾਹਿਬ, ਦਿੱਲੀ ਕਹਿ ਕੇ ਸਰਵਾਰੇ ਸਾਹਿਬ, ਵੈਸੇ ਮੈਂ ਚਿਹਰਿਆਂ ਦੀ ਸਿਆਸਤ ਤੋਂ ਪਾਸੇ ਰਹਿਣਾ ਹਮੇਸ਼ਾ, ਪਰ ਤੁਹਾਡੇ ਲਈ ਤਾਂ ਚਿਹਰਾ ਇੰਪੋਰਟੈਂਟ ਆ ਉੱਥੇ ਬੀਜੇਪੀ ਲਈ। ਦਿੱਲੀ ਦੇ ਵਿੱਚ ਕਿਹੜੇ ਚਿਹਰੇ ਦੇ ਨਾਂ ਤੁਸੀਂ ਵੋਟਾਂ ਮੰਗ ਰਹੇ ਹੋ? ਮੋਦੀ ਸਾਹਿਬ ਪੋਸਟਰਾਂ ਦੇ ਵਿੱਚ ਉਹਨੇ ਨਹੀਂ ਦਿਖਦੇ ਪਏ ਜਿੰਨਾ ਪਹਿਲਾਂ ਦਿਖਦੇ ਪਏ ਸੀਗੇ। ਅਮਿਤ ਸ਼ਾਹ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ, ਨੱਡਾ ਸਾਹਿਬ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ, ਜਾਂ ਮਨੋਜ ਤਿਵਾੜੀ ਦੇ ਨਾਂ 'ਤੇ ਵੋਟਾਂ ਮੰਗ ਰਹੇ ਹੋ? ਕੇਪੀ ਜੀ, ਇਸ ਤੋਂ ਪਹਿਲੇ ਮੈਂ ਆਪ ਜੀ ਦੇ ਸਵਾਲ 'ਤੇ ਆਊਂ, ਮੈਨੂੰ ਲੱਗਿਆ ਸੀ ਅੱਜ ਦੀ ਡਿਬੇਟ ਜਿਹੜੀ ਨੇ ਉਹ ਇਲੈਕਸ਼ਨ ਦੀ ਹੈ, ਔਰ ਹੁਣ ਕਿੰਗਰਾ ਸਾਹਿਬ ਜੀ ਨੂੰ ਮੈਂ ਸੁਣ ਰਿਹਾ ਸੀ, ਮੈਨੂੰ ਸੋਚਿਆ ਇਹ ਮੇਰਾ ਕ੍ਰਿਟੀਸਿਜ਼ਮ ਕਰੋਗੇ ਜਾਂ ਆਪ ਦਾ ਕ੍ਰਿਟੀਸਿਜ਼ਮ ਕਰੋਗੇ, ਪਰ ਇਹਨਾਂ ਨੇ ਤਾਂ ਸਾਰੇ ਹਿੰਦੁਸਤਾਨ ਦੇ ਵੋਟਰਸ ਨੂੰ ਅਨਪੜ੍ਹ ਕਹਿਤਾ। ਔਰ ਨਹੀਂ, ਤੁਸੀਂ ਕਿਹਾ ਮੈਂ ਲਿਖਿਆ ਹੋਇਆ, ਦੇਖੋ ਹੁਣ ਮੈਨੂੰ ਬੋਲਣ ਦਿਓ। ਸਾਰੇ ਹਿੰਦੁਸਤਾਨ, ਇਹਨਾਂ ਨੇ ਕਿਹਾ ਕਿ ਇਲੈਕਸ਼ਨ ਅਨਪੜ੍ਹ ਦਾ, ਧਰਮ ਆਧਾਰਿਤ ਔਰ ਘੋਟਾਲਿਆਂ 'ਤੇ ਹੋ ਰਿਹਾ ਹੈ। ਇਹ ਮੈਂ ਕਹਿਣਾ ਚਾਹੁੰਦਾ ਕਿ ਇੰਨੀ ਬੇਇੱਜ਼ਤੀ ਨਾ ਕਰੋ। ਵੋਟਰ ਵੋਟਰ ਬਹੁਤ ਹੁਸ਼ਿਆਰ ਹੈ, ਉਹ ਸਮਝ ਗਿਆ ਤੁਹਾਡੇ ਘੋਟਾਲਿਆਂ ਦੀ ਗੱਲ ਕਰ ਰਹੇ, ਤੁਸੀਂ ਬ੍ਰਿਜਾਂ ਦੀ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਸੀਏ ਕੀ ਅੱਗ ਲੱਗ ਗਈ ਸੀ। ਸਰਵਾਰੇ ਸਾਹਿਬ, ਫਿਰ ਉੱਥੇ ਆਏ ਨੇ ਆਪਾਂ, ਸਵਾਲ ਤੁਹਾਨੂੰ ਕਰ ਰਹੇ ਆ, ਅੱਗ ਕੀ ਲੱਗ ਗਈ? ਮੇਰੇ ਸਵਾਲ ਦਾ ਜਵਾਬ ਦੇ ਦਿਓ ਜੇ ਹੈ ਤਾਂ ਤੁਹਾਡੇ ਕੋਲੇ। ਤੁਸੀਂ ਕਿਸ ਕਿਹੜੇ ਚਿਹਰੇ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ ਜਾਂ ਸ਼ਾਹੀਨ ਬਾਗ ਦੇ ਨਾਂ ਤੇ ਵੋਟਾਂ ਮੰਗ ਰਹੇ ਹੋ? ਅਸੀਂ ਨਾ ਸ਼ਾਹੀਨ ਬਾਗ ਤੇ, ਅਸੀਂ ਜਿਹੜੇ ਚਿਹਰੇ ਦੀ ਗੱਲ ਕਰ ਰਹੇ, ਮੈਂ ਅਸੀਂ ਮੁੱਖ ਮੰਤਰੀ ਜੀ ਨੇ ਕੱਲ, ਅਰਵਿੰਦ ਕੇਜਰੀਵਾਲ ਨੇ ਕੱਲ ਕੀ ਕਿਹਾ ਤੁਸੀਂ ਸੁਣਿਆ? ਕਿ ਮੈਂ ਕਿਹਾ ਸੀ ਡਿਬੇਟ ਆਓ ਮੁੱਖ ਮੰਤਰੀ, ਮੇਰੇ 70 ਕੇ 70 ਕੈਂਡੀਡੇਟ MLA ਕੈਂਡੀਡੇਟ ਨੇ, ਉਹਨਾਂ ਨੇ ਕਿਹਾ ਕਿ ਇਹ ਮੈਦਾਨ ਛੋੜ ਗਏ ਬੀਜੇਪੀ ਵਾਲੇ, 18 ਕਰੋੜ ਮੇਰੇ ਮੈਂਬਰ ਨੇ, ਕਹਿੰਦਾ ਉਹ ਨਕਲੀ ਹਿੰਦੂ ਹੈ, ਗੀਤਾ ਵਿੱਚ ਲਿਖਾ ਹੈ ਜਿਹੜਾ ਮੈਦਾਨ ਛੋੜ ਜਾ। ਇਹ ਫਿਕਰਾ ਪੁਰਸੀ ਗੱਲ ਤਾਂ ਇਹ ਕਰ ਰਹੇ ਨੇ ਕਿ ਡਿਵੈਲਪ ਦੀ ਗੱਲ। ਮੁਹੰਮਦ ਖਾਲਿਦ ਸਾਹਿਬ, ਮੈਂ ਤੁਹਾਡੇ ਕਮੈਂਟਸ ਨਾਲ ਇਸ ਡਿਬੇਟ ਨੂੰ ਐਂਡ ਕਰਨਾ। ਦਿੱਲੀ ਦੇ ਦਿਲ ਵਿੱਚ ਕੀ ਹੈ, ਇਹ ਮੂਲ ਸਵਾਲ ਹੈ, ਅਤੇ ਦਿੱਲੀ ਦਾ ਦੰਗਲ ਕਿਸ ਲਈ ਮੰਗਲ ਹੋਊਗਾ, ਮੰਗਲ ਨੂੰ ਨਤੀਜੇ ਆਉਣੇ? ਦੇਖੋ ਇੱਦਾਂ ਹੈਗਾ ਬਈ, ਵਿਦਾਊਟ ਮੈਂਸ਼ਨਿੰਗ ਦਾ ਨੇਮ, ਮੈਂ ਕਹੂੰਗਾ ਕਿ ਦਿੱਲੀ ਦਾ ਵੋਟਰ ਇਸ ਇਲੈਕਸ਼ਨ ਦੇ ਵਿੱਚ ਡਿਵੈਲਪਮੈਂਟ ਦੇ ਮੁੱਦੇ 'ਤੇ ਵੋਟ ਪਾਏਗਾ। ਦਿੱਲੀ ਦੇ ਵੋਟਰ ਨੂੰ ਹੋਰ ਮੈਨੀਫੈਸਟੋ, 90% 95% ਵੋਟਰ ਬਿਲਕੁਲ ਨਹੀਂ ਪੜ੍ਹਦਾ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਜੋ ਵਿਜ਼ੀਬਲ ਹੈ ਉਹ ਵਿਜ਼ੀਬਲ ਹੈ ਕਿ ਇਮੋਸ਼ਨਲ ਹੋ ਕੇ ਜਾਂ ਡਿਵਿਜ਼ਿਵ ਪੋਲਿਟਿਕਸ ਦੇ ਉੱਪਰ ਵੋਟ ਨਹੀਂ ਕਰੇਗਾ, ਪ੍ਰੈਕਟੀਕਲੀ ਦਿੱਲੀ ਵੋਟ ਕਰੂਗੀ। ਯੈਸ ਜੀ, ਚਲੋ ਬਹੁਤ ਧੰਨਵਾਦ ਖਾਲਿਦ ਸਾਹਿਬ ਤੁਹਾਡਾ, ਸੰਗੜਾ ਸਾਹਿਬ ਤੁਹਾਡਾ ਬਹੁਤ ਧੰਨਵਾਦ, ਸੁਣਵਾਰੀ ਸਾਹਿਬ ਤੁਹਾਡਾ ਬਹੁਤ ਧੰਨਵਾਦ, ਹਰਦੀਪ ਸਿੰਘ ਅਗਰਾ ਤੁਹਾਡਾ ਬਹੁਤ ਧੰਨਵਾਦ, ਸਾਰੇ ਮਹਿਮਾਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ, ਪਰ ਇਸ ਮੰਚ ਤੋਂ ਇੱਕ ਅਪੀਲ ਜ਼ਰੂਰ ਕਰਦੇ ਹਾਂ, ਫੈਸਲਾ ਤੁਸੀਂ ਕਰਨਾ, ਵੋਟ ਕਿਸ ਨੂੰ ਪਾਉਣਾ ਤੁਹਾਡਾ ਅਧਿਕਾਰ ਹੈ, ਤੁਸੀਂ ਕਿਹੜੇ ਮੁੱਦੇ 'ਤੇ ਵੋਟ ਪਾਉਣਾ ਵੀ ਤੁਹਾਡਾ ਅਧਿਕਾਰ ਹੈ, ਪਰ ਇਹ ਮੰਚ ਤੁਹਾਨੂੰ ਇਹ ਜ਼ਰੂਰ ਕਹਿੰਦਾ ਵੋਟ ਜ਼ਰੂਰ ਪਾਇਓ, ਤੁਹਾਡੇ ਵੋਟ ਦੀ ਤਾਕਤ ਨਾਲ ਹੀ ਪਤਾ ਲੱਗੇਗਾ ਦਿੱਲੀ ਚਾਹੁੰਦੀ ਕੀ ਹੈ ਅਤੇ ਦਿੱਲੀ ਦੇ ਦਿਲ ਵਿੱਚ ਹੈ ਕੀ ਹੈ। ਬਹੁਤ ਧੰਨਵਾਦ।